ਵਾਲਾ ਜਿਹੜੇ ਜਿਹੜੇ ਗਰਾਊਂਡਾਂ ਤੇ ਅੱਖ ਰੱਖਦਾ ਤੇ ਮੇਲੇ ਜਿੱਤਦਾ ਰਵੀ ਜੈਪੁਰ ਵਾਲਿਆ ਤਿਆਰੀ ਫੜਦਾ ਤੂੰ ਵੀ ਆਪਣੇ ਆਪ ਨੂੰ ਦੁਨੀਆਂ ਦਾ ਵੱਡਾ ਮਨ ਲਿਖਵਾਉਣਾ ਤੇ ਮਰਦਾ ਹੀੜੀ ਵਾਲੇ ਨੇ ਵੀ ਵੱਡੇ ਵੱਡੇ ਮੇਲੇ ਜਿੱਤੇ ਹੋਏ ਆ ਕਮਾਲ ਦਾ ਇਹ ਮੈਚ ਕੌਣ ਕਿੰਨੇ ਪਾਣੀ ਵਿੱਚ ਪਤਾ ਜਾਣਾ ਲੱਗ ਪਈ ਹੈ ਕੌਣ ਕਿੰਨੇ ਪਾਣੀ ਵਿੱਚ ਪਤਾ ਜਾਣਾ ਲੱਗ ਪਈ ਹੈ ਸਕੋਰ ਪੁੱਛੀ ਦਾ ਸਾਹਿਬ ਲੱਗ ਜਾਣਾ ਹੈ ਵੀ ਕੌਣ ਕਿੰਨੇ ਪਾਣੀ ਦੇ ਵਿੱਚ ਹੈ 3-0 ਪੁਆਇੰਟ ਆ ਜੀ 3-0 ਉਹ ਬਾਲ ਹੋਏ ਜੀ ਅੰਦਰ ਯਾਰ ਤਗੜੀ ਬਾਲ ਮਾਰੀ ਜੀ ਅੰਦਰ ਨੇ ਮਰਦੈੜੀ ਵਾਲਾ ਨੰਬਰ ਤੀਜਾ ਜੋੜ ਦਿੱਤਾ ਜਿੰਦਰ ਨੇ ਬਾਈ ਯਾਰ ਮਰਦੈੜੀ ਵਾਲੇ ਮੁੰਡਿਆਂ ਲਈ ਦੋ ਤਾਂ ਹੀ ਆਪਣਾ ਲਈ ਦੋ ਤੇ ਜਾਵੇ ਯਾਰ ਪਹਿਲੇ ਤਿੰਨ ਜੋੜਦੇ ਆ ਔਰ ਉਧਰਲੇ ਪਾਸੇ ਕਹਿੰਦੇ ਮੁੰਡਾ ਪੜਦਾ ਵੀ ਤੂੰ ਵੀ ਹੱਥ ਤਾਂ ਨੂੰ ਕਰਕੇ ਤਾੜੀ ਮਾਰੀਏ ਬਚ ਕੇ ਸੁੱਖਿਆ ਬਚ ਕੇ ਮੋੜ ਦੋ ਲੈ ਵੀ ਯਾਰ ਮੁੰਡੇ ਲਈ ਤਾੜੀ ਮਾਰ ਦੋ ਬੇਸ਼ੱਕ ਬਾਲ ਖਰਾਬ ਕਰ ਗਿਆ ਸੁੱਖਾ ਮਰਦੈੜੀ ਵਾਲਾ ਗੋਡ ਆਫ ਹੈ ਕੀ ਕਹਿੰਦਾ ਨੇ ਆਫਟ ਦੀ ਟੱਕਰ ਆ ਉਹ ਪੜਾ ਕੇ ਪੈਂਦੇ ਤੇ ਕਰਕੇ ਖੇਡਦੇ ਆ ਤੇ ਲੋਕ ਨਜ਼ਾਰੇ ਲੈਂਦੇ ਆ ਸ਼ੈਂਗਰੀਆਂ ਤਾਈਆਂ ਗੱਡੀਆਂ ਜਾ ਰਹੀਆਂ ਨੇ ਦਰਸਾਦ ਇੱਕ ਬੰਦਾ ਜੋਗੀ ਵਾਲਾ ਜੇ ਇੱਕ ਜੋਧਪੁਰੀ ਵਾਲਾ ਜੇ ਟਾਈਆਂ ਸੱਦ ਕੇ ਪਾਵਾਂਗੇ ਹਰਮਨ ਨੰਦਗੜ੍ਹ ਲੂਜ਼ ਕਰ ਗਿਆ ਮੈਚ ਵੀਰੇ ਇੱਕ ਤੇ ਲਾਈ ਵਾਲੀਬਾਲ ਛੁੱਟੀ ਪੰਜਾਬ ਆ ਵੀਰੇ ਜੋਗੀਆਂ ਦੀ ਟੀਮ ਦੇ ਖਿਡਾਰੀ ਬੈਠੇ ਆ ਔਰ ਜਿਹੜੇ ਮੈਚ ਚੱਲ ਰਹੇ ਆਪਣੇ ਕੋਲ ਇਹਨਾਂ ਦੇ ਐਕਸਟਰਾ ਖਿਡਾਰੀ ਜੇਕਰ ਹੈਗੇ ਨਾਲ ਬਈ ਤੇ ਉਹ ਵੀ ਤੁਸੀਂ ਆ ਸਕਦੇ ਹੋ ਵੀਰੇ ਸਭ ਦੇ ਸਾਹਮਣੇ ਜਿਹੜੀਆਂ ਸੈਮੀ ਦੀਆਂ ਟਾਈਆਂ ਕੱਢੀਆਂ ਜਾਣਗੀਆਂ ਜੀ ਆਓ ਮੇਰਾ ਵੀਰ ਬਣ ਕੇ ਸੈਮੀ ਦੀਆਂ ਟਾਈਆਂ ਸਭ ਦੇ ਸਾਹਮਣੇ ਬਿਲਕੁਲ ਕਰੋੜ ਤੇ ਦਰਪੱਖ ਕੱਢੀਆਂ ਜਾਣੀਆਂ ਨੇ ਮੈਂ ਬੇਨਤੀ ਕਰੂੰਗਾ ਜਲਦੀ ਦੇ ਨਾਲ ਦੂਜੇ ਗਰਾਊਂਡ ਤੇ ਵਾਲੀਬਾਲ ਛੁੱਟੀ ਪੰਜਾਬ ਆ ਵੀਰੇ ਟਾਈਆਂ ਦੇਖੇ ਰਾਜ ਦੇਖੋ ਟਾਈਆਂ ਵੀਰੇ ਆਓ ਜੋਧਪੁਰੀਆ ਟੀਮ ਦਾ ਕੋਈ ਵੀ ਖਿਡਾਰੀ ਆ ਜਾਓ ਵੀਰ ਜੀ ਜੋਧਪੁਰੀਆ ਜੋਧਪੁਰੀਆ ਟੀਮ ਦਾ ਕੋਈ ਵੀ ਖਿਡਾਰੀ ਆ ਜਾਵੇ ਮੈਂ ਬੇਨਤੀ ਕਰਦਾ ਨਾਲ ਹੀ ਉਧਰ ਵੀ ਸਾਈਡਾਂ ਚੇਂਜ ਹੋ ਗਈਆਂ ਮੰਗੇ ਕਿੰਨੀਆਂ ਪੁਆਇੰਟ ਦੱਸੀ ਜਾਂਦੀ ਬਣ ਗਈ ਦਸ ਉਧਰ ਅੱਠ ਦਸ ਤੇ ਅੱਠ ਹੈ ਮਾਜਰਾ ਸੈਮੀ ਮੈਂ ਬਾਈ ਸੈਮੀ ਕੀ ਟਾਈ ਕਰ ਰਹੀ ਹੈ ਜੀ ਇੱਕ ਮਿੰਟ ਜੀ ਆ ਲੈਣ ਬਹੁਤ ਬਹੁਤ ਧੰਨਵਾਦ ਹੈ ਸਾਡੇ ਬਾਈ ਹੇਮੰਤ ਤਨਰ ਜੀ ਜਿਹਨਾਂ ਦੀ ਬਹੁਤ ਨੋਟ ਕਰਿਓ ਜੀ ਛਿੱਟ ਲੋ ਬਸ ਉੱਪਰੀ ਬਾਬਾ ਚਾਰ ਪਰਚੀਆਂ ਹੀ ਆ ਬਿਨੋ ਚੂੰ ਚੱਕਦੀ ਚਾਹੇ ਪਰਚੀਆਂ ਲਓ ਜੀ ਵੀਰੇ ਸੈਮੀ ਦੀਆਂ ਟਾਈਆਂ ਨੋਟ ਕਰੋ ਸੇਧੀ ਕਰ ਮਾੜੀ ਜੀ ਚੱਕ ਕੇ ਨਾ ਦੋ ਬੋਲੋ ਜੀ ਪਹਿਲਾਂ ਮੈਂ ਲਿਖੋ ਜੀ ਪਹਿਲਾਂ ਸੈਮੀ ਇਹ ਲਿਖਿਆ ਵਾ ਜੀ ਜੇਤੂ ਇੱਕ ਨੰਬਰ ਠੀਕ ਹੈ ਜੀ ਓਕੇ ਜੇਤੂ ਇੱਕ ਨੰਬਰ ਤੇ ਜੋਧਪੁਰੀਆ ਨਾਲ ਹੀ ਇੱਧਰਲੇ ਪਾਸੇ ਆ ਵੀ ਖੋਲੋ ਜੀ ਜੇਤੂ ਇੱਕ ਨੰਬਰ ਦਾ ਮੈਂ ਜੋਧਪੁਰੀਆ ਨਾਲ ਹੋਣਾ ਵੀਰੇ ਸ਼ਹੀਦ ਭਗਤ ਸਿੰਘ ਸ਼ਹੀਦ ਭਗਤ ਸਿੰਘ ਸ਼ੂਟਿੰਗ ਇਹ ਹੈਗਾ ਜੀ ਜੋਗੀ ਵਾਲਾ ਉਹਨਾਂ ਦੇ ਵੱਲੋਂ ਵੀਰੇ
ਤਰੀਕ ਨਹੀਂ ਸੁਣੇ ਭਰਾ, 2 ਨਵੰਬਰ ਨੂੰ ਕਹਿੰਦੇ ਰੌਣਕਾਂ ਵੱਡੀਆਂ ਲੱਗਣ ਗਿਆ ਆਲ ਤੇ ਜੇਤੂ 2 ਨੰਬਰ ਗਰਾਊਂਡ ਜੀ, ਸ਼ਹੀਦ ਭਗਤ ਸਿੰਘ ਸ਼ੂਟਿੰਗ ਬਾਰ ਕਲੱਬ ਥਲੀ ਹੈ। 2 ਨਵੰਬਰ ਨੂੰ ਕਹਿੰਦੇ ਰੌਣਕਾਂ ਵੱਡੀਆਂ, ਇਹ ਆਪਣੇ ਕੋਲੇ ਟਾਈਆਂ ਜੀ ਸੈਮੀ ਦੀਆਂ, ਜਿਹੜੀ ਇੱਕ ਚੋਂ ਜੇਤੂ ਖੇਡੂ ਜੋਧਪੁਰੀ ਨਾਲ, 2 ਚੋਂ ਜੇਤੂ ਖੇਡੂ ਜੋਗੀ ਵਾਲੇ ਨਾਲ ਜੀ, ਜਿਹੜੀ ਇਹਨਾਂ ਚੋਂ ਜੇਤੂ ਖੇਡੂ ਜੋਗੀ ਵਾਲੇ ਨਾਲ ਬਈ ਸੈਮੀ ਫਾਈਨਲ। ਨੋਟ ਕਰ ਲਿਓ ਜੀ, 1 ਦੀ ਜੇਤੂ ਜੋਧਪੁਰੀ ਨਾਲ, 2 ਦੀ ਜੇਤੂ ਖੇਡੂ। ਭਾਈ ਜੀ ਮੇਰੀ ਬੇਨਤੀ, ਅਸੀਂ ਜਿਹੜੀਆਂ ਟਾਈਆਂ ਪਾ ਦਿੱਤੀਆਂ ਨੇ ਸਾਰੀਆਂ ਟੀਮਾਂ ਆਪਣੇ ਮੈਚ ਜਿਹੜੇ ਨੋਟ ਕਰਨਗੀਆਂ। ਜਿਹੜੀ ਗਰਾਊਂਡ ਨੰਬਰ 1 ਦੇ ਵਿੱਚੋਂ ਜਿੱਤ ਗਈ, ਜਿਹੜੀ ਚੰਡੀਗੜ੍ਹ ਤੇ ਬਰਸਿੰਗਰੀ ਦਾ ਮੈਚ ਚੱਲਦਾ, ਜਿਹੜੀ ਉਹਨਾਂ ਵਿੱਚੋਂ ਜਿੱਤ ਗਈ ਖੇਡੂ ਜੋਧਪੁਰੀ ਦੇ ਨਾਲ। ਬਾਬਾ ਭਾਈ ਹੋਇਲ ਸਾਈਡ ਤੇ ਹੀ ਲਾਈਵ ਚਾਹੁੰਦਾ ਆਪਣਾ, ਉਹ ਆ ਜੀ ਉਧਰ ਲਾ, ਉਹ 1 ਠੀਕ ਹੈ ਵੀਰੇ। ਇਹ ਜਿਹੜੀ 2 ਨੰਬਰ ਗਰਾਊਂਡ ਦੇ ਵਿੱਚੋਂ ਜਿੱਤ ਗਈ, ਜਿਹੜਾ ਮੈਚ ਚੱਲਦਾ ਮਰਦਾ ਹੇੜੀ ਤੇ ਕਮਲ ਜੈਪੁਰ ਦਾ, ਜਿਹੜੀ ਇਹਨਾਂ ਵਿੱਚੋਂ ਜਿੱਤ ਗਈ ਉਹ ਖੇਡੂ ਜੋਗੀ ਵਾਲ ਦੇ ਨਾਲ। ਇਹ 2 ਮੈਚ ਨੇ ਵੀਰੇ ਸੈਮੀ, ਮੇਰਾ ਭਰਾ ਟੀਮਾਂ ਜਿਹੜੀਆਂ ਜ਼ਰੂਰ ਨੋਟ ਕਰਨਗੀਆਂ, ਇਹ ਮੇਰੀ ਬੇਨਤੀ ਹੈ। ਸਕੋਰ ਕਰਦੇ ਆ ਪਤਾ ਜੀ, ਕਰਦੇ ਆ ਡਾਲੀ ਅੰਦਰਲੇ ਪਾਸੇ ਭਰਾ ਸਾਡਾ ਸਾਹਿਲ ਸ਼ਰਮਾ ਜੀ ਨਾਲ, ਭਰਾ ਸਾਡਾ ਸ਼ਿਵੂ ਹੈ। ਇਹ ਦੋਨੋਂ ਵੀਰ ਕਹਿ ਰਹੇ ਵੀ ਜੇ ਗੁੱਲੀ ਕਿਸੇ ਵੀ ਖਿਡਾਰੀ ਦੇ ਅੱਗੇ ਵਾਲੇ 3 ਖਿਡਾਰੀਆਂ ਦੇ ਬਾਲ ਮਾਰ ਕੇ ਬਾਲ ਉੱਪਰ ਨੂੰ ਖੜੀ ਕਰ ਦੇਵੇ ਤੇ ਹਰ ਇੱਕ ਬਾਲ ਦਾ 500 ਰੁਪਏ ਦਿੱਤਾ ਜਾਵੇਗਾ। ਗੱਲ ਕਰਦੇ ਵੱਡੇ ਮਾਨਾਂ ਸਨਮਾਨਾਂ ਦੀ ਆ, ਜੈਪੁਰ ਵਾਲਾ ਕਮਲ ਹੈ ਸੈਂਟਰ ਦੇ ਵਿੱਚ ਖੇਡ ਵਾਲੀਬਾਲ ਦੀ ਦੁਨੀਆਂ ਦਾ ਬੇਤਾਜ ਬਾਦਸ਼ਾਹ, ਉਧਰ ਸ਼ਹਿਬਾਜਪੁਰੀਏ ਨੂੰ ਦੁਨੀਆਂ ਤੂਫਾਨ ਕਹਿੰਦੀ ਹੈ, ਨਾਲ ਮੈਂ ਤੱਕ ਰਿਹਾ ਖੁੱਲੀ ਵਾਲੀਆ ਉਹ ਕਦੇ ਸਨੀ ਹੈ ਇੱਕ ਪਾਸੇ ਸੰਦੀਪ ਰੇ ਵੱਡੇ ਮਲ ਇਕੱਠੇ ਹੈ ਤੇ ਖਜਨਾਵਰ ਵਾਲਾ ਮੇਰੇ ਮਿੱਤਰੋ ਜਦੋਂ ਆਪਣੀ ਆਈ ਤੇ ਆਉਂਦਾ ਤੇ ਕੀਤਾ ਕਹਿੰਦੇ ਮੈਚ ਦਾ ਇੱਕ ਪਾਸਾ ਕਰ ਦਿੰਦਾ, ਆਹ ਗੱਲਾਂ ਹੁੰਦੀਆਂ ਮੇਰੇ ਮਿੱਤਰੋ। ਮੁਕਾਬਲੇ ਤੇ ਸਾਰੇ ਦੇ ਸਾਰੇ ਬੜੇ ਟਾਪ ਦੇ ਹੈ, ਪਰ ਆਹ ਦੋਨੋਂ ਗਰਾਊਂਡਾਂ ਦੇ ਵਿੱਚ ਦੁਨੀਆਂ ਦੀ ਅੱਖ ਖੜ ਗਈ ਹੈ। ਇੱਕ ਪਾਸੇ ਮੁੰਡੇ ਖੇਡ ਰਹੇ ਆ ਰਾਜਸਥਾਨ ਵਾਲੀ, ਇੱਧਰ ਪੰਜਾਬ ਦੇ ਜ਼ਿਲ੍ਹੇ ਪਟਿਆਲੇ ਦਾ ਕਹਿੰਦੇ ਮਰਦਾ ਹੇੜੀ ਪਿੰਡ ਬੜਾ ਪ੍ਰਸਿੱਧ ਹੈ, ਗੁਰਲਾਲ ਚੱਕ ਮੈਂ ਕਰਗਲ ਮੁਕਾਬਲਾ ਝੂਠਾ। ਉਸ ਸਮੇਂ ਉੱਧਰ ਸੰਦੀਪ ਆ ਭਰਾ ਸਾਡਾ ਜਾਣੇ ਵਾਲੀ ਹੈ, ਉਹ ਕਹਿੰਦਾ ਜੇ ਚੱਲਦਾ ਹੋਇਆ ਮੈਚ ਮੁੰਡੇ ਮਰਦਾ ਹੇੜੀ ਵਾਲੇ ਜਿੱਤਣਾ ਤੇ ਸੁਖਦੀਪ ਦਾ ਸਨਮਾਨ ਆਪਾਂ ਜਿੱਡਾ ਉਹਦਾ ਕਾਦਾ ਤੇ ਉਹਦੇ ਵੱਡੇ ਮਾਣ ਵਾਲੀ ਗੱਲਾਂ ਮਿਲ ਜਾਣਾ। ਅੰਗਰੇਜ਼ ਦਾ ਕਹਿੰਦੇ ਮਰਦਾ ਹੇੜੀ ਪਿੰਡ ਆ, ਲੰਮਾ ਸਮਾਂ ਧਨੇਠੇ ਦੇ ਲਈ ਖੇਡਿਆ ਔਰ ਧਨੇਠੇ ਵਾਲਾ ਅੰਗਰੇਜ਼ ਨਵਾਬ ਦਾ ਮੈਚ ਇਹਨਾਂ ਦੀ ਜੇਤੂ ਨਾਲ ਮਿਲਣਾ ਮਹਿਲ ਗੁਰਦ ਬਾਈ ਜੀ ਘਰ ਦੇ ਵਿੱਚ, ਜਿਹੜੀ ਇਹਨਾਂ ਨੂੰ ਜੇਤੂ ਨਵਾਬ ਨਾਲ ਖੇਡੂ ਰਹੇ ਚੋਗੀ ਵਾਲੇ ਨਾਲ, ਪਰ ਸਾਹਮਣੇ ਦੇਖ ਨਾ ਜਾਂਦਾ। ਭਾਈ ਜੀ 1 ਵਾਰੀ ਨੰਬਰ ਦੱਸਿਓ ਵਿਦਰੀ, 3 ਹੋਈ ਹੈ ਤੇ ਮੁਕਾਬਲਾ ਬਹੁਤ ਜਿਹੜਾ ਤਗੜਾ ਖੇਡਿਆ ਜਾਣਾ ਹੈ। ਵੀ ਦਿਨ ਉਹ ਵੀ ਭੁੱਲ ਗਏ ਨਾ ਜਦੋਂ ਸਾਈਕਲ ਸੀ ਥੱਲੇ ਤੇ ਹੋਇਆ ਕੀ ਗਏ ਬਾਬੇ ਨੇ ਕਰਾ ਦੀ ਥੱਲੇ ਥੱਲੇ ਰੱਜੇ ਹੋਈਏ ਆਪ ਨੇ ਭੁੱਖਾ ਲੱਗੇ ਹਰ ਕੋਈ ਇੰਨੇ ਚਾਹੀਦੇ ਜੈਪੁਰ ਵਾਲਾ ਕਮਲ ਫਸਟ ਬਣੇ ਤੇ ਕਮਲ ਦਾ ਮਾਣ ਜਿਹੜਾ ਉਹ 1100 ਦੀ ਨਜ਼ਰ ਰੋਸ਼ੀ ਨਾਲ ਕੀਤਾ ਜਾਵੇਗਾ। ਬਹੁਤ ਖੁਸ਼ੀ ਦੀ ਗੱਲ ਆ, ਨੌਜਵਾਨਾਂ ਖਿਡਾਰੀਆਂ ਦੇ ਵੱਡੇ ਮਾਣ ਕੀਤੇ ਜਾਂਦੇ ਆ। ਔਰ ਸਾਹਮਣੇ ਮੈਂ ਵੇਖਦਾ ਵੀ ਮਿੱਤਰੋ ਆਹ ਦੁਨੀਆ ਕਹਿੰਦੇ ਅੱਜ ਦੇ ਇਸ ਚੱਲਦੇ ਹੋਏ ਮੈਚ ਦਾ ਆਨੰਦ ਮਾਣ ਰਹੀ ਹੈ, ਆਹ ਖਿਡਾਰੀ ਦਾ ਮਾਣ ਖੇਡਾ।
ਖੇਡਾਂ ਪੈਂਦਾ ਹੈ ਤੇ ਲੰਬੀ ਨਾਵਾ ਮੇਰੇ ਮਿੱਤਰੋ, ਕੋਈ ਲੰਬਾ ਕਹਿੰਦਾ ਕੋਈ ਲੰਬੀ ਕਹਿੰਦਾ, ਆਹ ਖਿਡਾਰੀ ਨੂੰ ਮਾਣ ਖਿਡਾਰੀ ਵਾਲੇ ਲੱਭੇ ਦੇ ਨਾਂ ਦੇ ਨਾਲ ਗੱਭਰੂ ਨੇ ਪ੍ਰਸਿੱਧੀ ਖੱਟੀ ਹੋਈ ਹੈ। ਆਹ ਗੱਭਰੂ ਦੇ ਚਰਤੇ ਹੁੰਦੇ ਆ, ਨਾਲ ਗੁੱਲੀ ਆ, ਨਾਲ ਸੁੱਖਾ, ਨਾਲ ਜਿੰਦਰਾ ਤੇ ਡਾਕਟਰ ਨੂੰ ਬੜਾ ਕੌਣ ਨਹੀਂ ਜਾਣਦਾ ਅੰਗਰੇਜ਼ ਨੂੰ, ਜਿਹਦੇ ਚਰਜੇ ਜੱਗ ਜਹਾਨ ਦੇ ਵਿੱਚ ਹੁੰਦੇ ਆ। ਲਓ ਸਾਹਮਣੇ ਮੇਰੇ ਮਿੱਤਰੋ, ਵੀ ਜ਼ੋਰ ਬਿਨਾ ਪੱਟਾਂ ਤੇ ਥਾਪੀ ਵੱਜਦੀ ਨਾ, ਹੰਕਾਰ ਨਹੀਂ ਇਹ ਰੁਤਬਾ ਮੂਸੇ ਵਾਲੇ ਦਾ, ਗੱਲਾਂ ਉਹਦੀਆਂ ਵੀ ਹੋਈਆਂ ਨੇ, ਪਰ ਇੱਧਰ ਜੈਪੁਰੀਆ ਗੱਭਰੂ ਮੇਰੇ ਮਿੱਤਰੋ ਕਮਾਲ ਕਰਦਾ, ਇੱਧਰ ਨਾਨੂ ਵਰਗੇ ਦੁਨੀਆ ਦੇ ਮਹਾਨ ਆ, ਉਹ ਚਰਦੇ ਹੋ। ਨਹੀਂ ਨਹੀਂ ਬਿੱਲੇ ਬਾਅਦ ਚੋਂ ਪਾ ਦਿਓ, ਕੋਈ ਚੱਕਰ ਨਹੀਂ ਵੀਰੇ, ਜਦੋਂ ਜਿੱਤਿਆ ਮੈਚ ਫੇਰ ਪਾ ਦਿਓ, ਨਵਾਬ ਦਾ ਅਗਲਾ ਮੈਚ ਹੋਊਗਾ ਬਿੱਲੇ, ਜਦੋਂ ਮੈਚ ਹੋਇਆ ਬਿੱਲੇ ਬਾਈ ਫੇਰ ਬੁਲਾਵਾਂਗੇ ਨਵਾਬ ਦਾ, ਜ਼ਿਆਦਾ ਮੇਰੇ ਅਨਾਉਂਸਮੈਂਟ ਤੁਹਾਡੀ। ਵੀ ਰੋਪੜ ਵਾਲੇ ਮੁੰਡੇ ਵੇਖ ਲਓ, ਮੁੰਡੇ ਦਸਾਂ ਨੌਹਾਂ ਦੀ ਕਿਰਤ ਕਮਾਈਏ, ਖੇਡਾਂ ਉੱਤੇ ਲਾਉਂਦੇ ਨੇ ਤੇ ਖਰੇ ਖੋਟੇ ਦੀ ਪਰਖ ਇਹਨਾਂ ਨੂੰ ਪਈ ਕਰਦੇ ਗੱਲ ਤਣਕਾ ਕੇ, ਰਾਜੇ ਖੇਲੇ ਸੱਚੇ ਸੱਜਣ ਪਈ ਮਿਲਦੇ ਜੱਫੀਆਂ ਪਾ ਕੇ, ਰਾਜੇ ਖੇਲੇ ਸੱਚੇ ਸੱਜਣ ਮੇਰੇ ਦਿਲ ਤੇ ਰਾਜੋ ਕਰਦਾ ਏ, ਉਹਨੂੰ ਰਾਜੂ ਰਾਜੂ ਕਹਿੰਦੇ ਆ, ਬਈ ਮੇਰੇ ਦਿਲ ਤੇ ਰਾਜੋ ਕਰਦਾ ਏ। ਉਧਰ ਇੱਕ ਨੰਬਰ ਗਰਾਊਂਡ ਚ ਵੀ ਪੜਾਕੇ ਪੈਂਦੇ ਆ, ਮੈਂ ਵੀ ਸ਼ਹਿਬਾਜਪੁਰੇ ਵਾਲਿਆ ਪਤਾ ਤੈਨੂੰ ਵੀ ਆ, ਜੇ ਖਜਨਾਵਰ ਦਾ ਮੁੰਡਾ ਵੇਰ ਗਿਆ ਤੇ ਮੈਚ ਦਾ ਇੱਕ ਪਾਸਾ ਕਰ ਦੂੰਗਾ, ਤੇ ਤੈਨੂੰ ਤੂਫਾਨ ਫਿਰ ਕੀ ਰਿਹਾ ਖੜਾ, ਹੁਣ ਉਹ ਕੋਈ ਨਾ ਕੋਈ ਤੇ ਤੂਫਾਨੀ ਪਾਰੀ ਤੈਨੂੰ ਖੇਡਣੀ ਪਊਗੀ, ਧਿਆਨ ਹੁਣ ਠੀਕ ਆ ਸੁਖੇ ਬਾਈ। ਰੰਗਤ ਮੈਂ ਕਿੰਨ ਖਾਸਤ ਉਹਦੇ ਫੁੱਲਾਂ ਦੀ, ਤੇ ਐਸੀ ਤੈਸੀ ਕਰ ਦਿੰਦੀ ਆ ਫੁੱਲਾਂ ਦੀ, ਸਾਰੀ ਉਮਰ ਹੀ ਸਜ਼ਾ ਭੁਗਤਣੀ ਪੈਂਦੀ ਹੈ, ਬਈ ਅਕਸਰ ਰੰਗ ਤੋਂ ਪਹਿਲਾਂ ਹੋਈਆਂ ਭੁੱਲਾਂ ਦੀ, ਤੇ ਮੈਂ ਪੱਥਰ ਦੀ ਬੇੜੀ ਲੈ ਕੇ ਤੁਰਿਆ ਵਾਂ, ਮੈਨੂੰ ਕੀ ਪਰਵਾਹ ਹੈ ਛੱਲਾਂ ਛੁੱਲਾਂ ਦੀ, ਬਈ ਮੈਂ ਪੱਥਰ ਦੀ ਬੇੜੀ ਲੈ ਕੇ ਤੁਰਿਆ ਵਾਂ, ਮੈਨੂੰ ਕੀ ਪਰਵਾਹ ਹੈ ਛੱਲਾਂ ਛੁੱਲਾਂ। ਕੈਮਰਾ ਕਰ ਦਿੰਦੇ ਆ ਸਾਹਿਬ, ਵੇਟ ਕਰੋ ਵੀਰੇ, ਕਰਦੀ ਪੜਦੀ ਆ ਵੀ ਜਿਹੜਾ ਜਿੱਤ ਗਿਆ ਉਹਨੇ ਸੈਮੀ ਚ ਪੁੱਜਣਾ, ਤੇ ਜਿਹੜੇ ਮੁੰਡੇ ਲੂਜ ਕਰ ਜਾਣਗੇ ਤੇ ਗੱਡੀਆਂ ਫਿਰ ਵੱਡੇ ਰੋਡ ਤੇ ਚੜ੍ਹ ਵੀ ਜਦੋਂ ਕੈਮਰਾ ਸਾਫ਼ ਕਰਾਂਗੇ ਵੀਰੇ। ਕਰਲਾਲ ਉਹ ਪੁੱਛ ਲਾ ਹਾਲ, ਐਨ ਗੱਭਰੂਆਂ ਦਾ ਜ਼ੋਰ ਲੱਗਾ, ਕੈਮਰਾ ਸਾਫ਼ ਕਰ ਦਈਏ ਬਾਈ, ਸਾਹਮਣੇ ਕਹਿੰਦੇ ਗੱਭਰੂਆਂ ਦਾ ਜ਼ੋਰ ਲੱਗਿਆ ਪਿਆ, ਜ਼ੋਰ ਤੇ ਇੱਕ ਨੰਬਰ ਗਰਾਊਂਡ ਦੇ ਵਿੱਚ ਵੀ ਮੇਰੇ ਮਿੱਤਰੋ ਬਹੁਤ ਵੱਡੇ ਪੱਧਰ ਦੇ ਉੱਤੇ ਲੱਗਿਆ ਹੋਇਆ ਹੈ। ਮੁੰਡੇ ਉਦੋਂ ਚੰਡੀਗੜ੍ਹੀ ਵੀ ਕਮਾਲ ਕਰੀ ਹੋਗਾ ਨੌਜਵਾਨ, ਔਰ ਚੋਟੀ ਦੀ ਪਾਰੀ ਖੇਡ ਰਹੇ ਹੈ, ਔਰ ਇੱਕ ਦੀ ਜੇਤੂ ਖੇਡੂ ਜੋਧਪੁਰੀ ਨਾਲ, ਦੋ ਦੀ ਜੇਤੂ ਖੇਡੂ ਚੋਗੀ ਵਾਲੀ ਮੁੰਡਿਆਂ ਦੇ ਨਾਲ। ਗੱਭਰੂਆਂ ਦੇ ਜਿਹੜੇ ਚਰਚੇ ਹੁੰਦੇ ਆ ਖੇਡ ਗਰਾਊਂਡਾਂ ਦੇ ਅੰਦਰ, ਵੀ ਹੁਣ ਮਨਸੂਬੇ ਨੇਕ ਤੇ ਬੰਦਾ ਕੀ ਨਹੀਂ ਕਰ ਸਕਦਾ, ਕੱਪ ਵਾਲੀਆਂ ਬੂੰਦ ਬੂੰਦ ਨਾਲ ਸਾਗਰ ਭਰ ਸਕਦਾ, ਤੇ ਉਸ ਡਾਢੇ ਦੇ ਲੜਨ ਦੀ ਬੇੜੀ ਤਰਦੀ ਹੁੰਦੀ ਆ, ਬਈ ਫਿਰ ਤੁਣਕਾ ਤੁਣਕਾ ਕਰਕੇ ਤੇ ਗੁੱਡੀ ਚੜ੍ਹਦੀ ਹੁੰਦੀ ਹੈ, ਵਿਚਕਾਰ ਵੇਖ ਕੇ ਹਿੱਕ ਲੋਕਾਂ ਦੀ ਖੜਦੀ ਹੁੰਦੀ ਆ, ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ। ਤੈਨੂੰ ਲਾਈਵ ਵਾਲੇ ਵੀਰਾਂ ਦਾ ਆਪਾਂ ਤਾਂ ਚਲੋ ਧੰਨਵਾਦ ਕਰਦੇ ਹਾਂ, ਪਰ ਇੱਧਰ ਵੇਖ ਸੁਣਿਆ ਨੰਬਰ ਜਿਹੜੇ ਇੱਕ ਦੇ ਸਾਹਮਣੇ ਹੋ ਗਏ ਆ, ਫਿਦਰੀ ਨੰਬਰ ਦੱਸੀ ਮੇਰਾ ਬਾਈ, ਪੰਜ ਤਿੰਨ, ਪੰਜ ਤੇ ਤਿੰਨ ਦੀ ਟੱਕਰ ਹੈ, ਪੰਜ ਨੰਬਰ ਇੱਧਰ ਜਿਹੜੇ ਜੈਪੁਰ ਦੀ ਟੀਮ ਦੇ ਆ, ਔਰ ਤਿੰਨ ਨੰਬਰ ਜਿਹੜੇ ਮਰਦਾ ਹੇੜੀ ਜ਼ਿਲ੍ਹਾ ਪਟਿਆਲੇ ਦੀ ਮੇਰੇ ਮਿੱਤਰ ਟੀਮ ਦੇ ਹੈ, ਔਰ ਮੈਚ ਇੱਧਰ ਬੜਾ ਤਕੜਾ ਖੇਡਿਆ ਜਾ ਰਿਹਾ ਹੈ। ਉੱਧਰ ਇੱਕ ਨੰਬਰ ਗਰਾਊਂਡ ਦੇ ਵਿੱਚ ਵੀ ਇੱਕ ਕਹਿੰਦੇ ਚੋਟੀ ਦਾ ਮੈਚ ਆ ਮੇਰੇ ਮਿੱਤਰੋ, ਗੋਬਿੰਦਗੜੀਆ ਭਿੰਦਾ ਪੁੱਜਿਆ ਹੋਇਆ, ਔਰ ਗੱਲਾਂ ਬਾਤਾਂ ਵੱਡੀਆਂ ਨੇ, ਪਰ ਜੈਪੁਰ ਵਾਲਾ ਬੱਲੇ 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 ਬੱਲੇ, ਆਓ ਸਵਾਦ ਨੌਜਵਾਨ, ਆਓ ਟੱਕਰ ਵੱਡੀ ਹੈ, ਪਰ ਗਲਤੀ
ਗੱਭਰੂ ਨੇ ਨਵੀਆਂ ਨੇ ਕਰ ਦਿੱਤੀ ਹੈ, ਗਰਾਊਂਡ ਦੇ ਅੰਦਰ ਨਵੀਆਂ ਨੇ ਬੜੇ ਵਧੀਆ ਲੰਗਰ ਦੇ ਪ੍ਰਬੰਧ ਕੀਤੇ ਆ। ਲੈ ਵੀ ਨੰਬਰ ਇੱਕ ਵਾਰੀ ਇੱਧਰੋਂ ਵੀ ਦੱਸੀ ਮੇਰਾ ਵੀਰ ਬਣ ਕੇ ਕਿੰਨੇ ਕਿੰਨੇ ਮੰਗਾ ਢਾਲ ਮਾਜਰੇ ਵਾਲ ਆਇਆ ਹੋਇਆ ਹੈ। ਲੈ ਵੀ ਕਿੰਨੇ ਸਕੋਰ ਸਕੋਰ ਕਿੰਨੇ ਹੋ ਗਏ ਸਕੋਰ ਕਿੰਨੇ ਨੇ ਉਧਰ 13 ਤੇ ਇੱਧਰ 8 ਹੈ। ਲਵੀ 5 ਪੁਆਇੰਟਾਂ ਦਾ ਫਰਕ ਪੈ ਚੁੱਕਿਆ ਇੱਧਰ ਸਕੋਰ ਕਰਦੇ ਆ ਬਤਾ ਮੇਰੇ ਵੇਟ ਜਿਹੜੀ ਟੀਮ ਬਿਲਡਿੰਗ ਵਾਲੇ ਪਾਸੇ ਖੇਡਦੀ ਗਰਾਊਂਡ ਨੰਬਰ 1 ਜੋ ਉਹਨਾਂ ਦੇ 13 ਨੰਬਰ ਆ ਬਾਈ ਤੇ ਇੱਧਰਲੇ ਪਾਸੇ 8 ਨੰਬਰ ਜਿਹੜੇ ਪੜਸੀਕੜੀ ਵਾਲੇ ਮੁੰਡਿਆਂ ਪਿਆ ਹੈ। 5 ਪੁਆਇੰਟਾਂ ਦਾ ਫਰਕ ਹੈ। ਲਵੀ ਸ਼ਹਿਬਾਜਪੁਰੇ ਵਾਲਿਆ ਜੇ ਤੂੰ ਚਾਹਵੇਂ ਤੇ ਆ ਮੈਚ ਇੱਥੋਂ ਵੀ ਉਹ ਜਿੱਤਿਆ ਜਾ ਸਕਦਾ ਪਰ ਤਿਆਰੀ ਜਿਹੜੀ ਫੜਨੀ ਪੈਣੀ ਆ ਉਹ ਵੀ ਬੰਦੇ ਆ ਬਾਈ ਇਸੇ ਬਾਤ ਵਾਲੀ ਉਹ ਖੇਡੀ ਆਉਂਦੇ ਆ ਤੇ ਤੁਸੀਂ ਵੀ ਮੇਲਾ ਨਹੀਂ ਛੱਡਿਆ ਨੀ ਜਿਹੜਾ ਜਿੱਤਿਆ ਨਾ ਹੋਵੇ ਪਰ ਚੋਰ ਲਾਉਣਾ ਪੈਣਾ ਨੰਬਰ 14 ਨੰਬਰ ਦੇ ਕਹਿੰਦੇ 14 ਜੁੜ ਗਿਆ ਇੱਕ ਇੱਕ ਕਰਕੇ ਮੁੰਡੇ ਕਹਿੰਦੇ ਨੇੜੇ ਤੇੜੇ ਲੰਘਦੇ ਜਾਂਦੇ ਆ ਮੇਰੇ ਮਿੱਤਰੋ ਵੀ ਪਹਿਲੀ ਸੰਗ ਟੁੱਟਦੇ ਆ ਟਾਈਮ ਤੇ ਲੱਗਦਾ ਏ ਤੇ ਵੀੜੀ ਵੀੜੀ ਸੰਗ ਟੁੱਟਦੇ ਆ ਬਈ ਟਾਈਮ ਤੇ ਲੱਗਦਾ ਏ ਤੇ ਨਵੀਂ ਨਵੀਂ ਮੁਟਿਆਰ ਮਾਹੀ ਡਰਦੀ ਹੁੰਦੀ ਆ ਬਈ ਫਿਰ ਤੁੜਕਾ ਤੁੜਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ਉਹ ਤੁੜਕਾ ਤੁੜਕਾ ਕਰਕੇ ਵੀ ਗੁੱਡੀ ਚੜ੍ਹਦੀ ਹੁੰਦੀ ਆ। ਨੰਬਰ 14 ਹੋ ਗਿਆ। ਇਹ ਤੋਂ ਬਾਅਦ ਪਿੰਡ ਵਾਰ ਦੀਆਂ ਟੀਮਾਂ ਦੇ ਜਿਹੜੇ ਮੈਚ ਕਰਵਾਏ ਜਾਣਗੇ ਇੱਧਰਲੇ ਪਾਸੇ ਤੇ ਇੱਧਰਲੇ ਪਾਸੇ ਵੀ ਆਪਾਂ ਦੱਸੋ ਓਕੇ ਓਕੇ ਅਰਸ਼ ਬਾਈ ਕਿੱਥੇ ਕਿੱਥੇ ਖੜਾ ਜੈਮਲ ਸਿੰਘ ਵਾਲੇ ਪਿੰਡ ਤੋਂ ਕਹਿੰਦੇ ਦਿਖਾਏ ਵੇ ਉਹਦਾ ਅਰਸ਼ ਭਰਾ ਸਾਡਾ ਰੂੜੀ ਵਾਲਾ ਮੈਂ ਕੱਲ ਭੇਜ ਦੂੰਗਾ ਤੁਹਾਡੇ ਕੋਲ ਉਹ ਕਹਿੰਦਾ ਵੀ ਇਹ ਚੱਲਦਾ ਨਾ ਮੈਚ ਸੁਖਦੀਪ ਜਿੱਤੇ ਤੇ ਰੁਪਈਆ ਜਿਹੜਾ 1100 ਦਿੱਤਾ ਜਾਵੇਗਾ ਮੇਰੀ ਗੱਲ ਸੁਣ ਲੈ 2100 ਕਰਿਆ ਵਾ ਤਾਂ ਮੈਂ ਔਨਲਾਈਨ ਪਾ ਲਿਆ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਦਿਖਾਉਣ ਦੀ ਲੋੜ ਨਹੀਂ ਕੋਈ ਆਪਣੇ ਬਾਰੇ ਇਹਨਾਂ ਨੂੰ ਦੋਨਾਂ ਨੂੰ ਦੇ ਦੇਣੀ ਪੈਣੀ ਕੋਈ ਗੱਲ ਤੇ ਇੱਕ ਇਹਨਾਂ ਦੇ ਬੂਟ ਦਾ ਮੈਂ ਤੁਹਾਨੂੰ ਤੁਹਾਡੇ ਬੂਟ ਮੰਗੂ ਠੀਕ ਹੈ ਇੱਧਰ ਮੁਕਾਬਲਾ ਜਿਹੜਾ ਬਹੁਤ ਤਕੜਾ ਖੇਡਿਆ ਜਾ ਰਿਹਾ ਹੈ ਚੋਂਟੀ ਆਪਣੇ ਆਪ ਲੈ ਕੇ ਆਦੇ ਬਾਈ ਹਾਂ ਜੀ ਥੋੜਾ ਧਿਆਨ ਰੱਖੀ ਯਾਰ ਤੇ ਹੋਰ ਨਾਲ ਦੇ ਚੋਂਟੀ ਦਾ ਭਰਾ ਡਾਲੀ ਪਾਣੀਆਂ ਨੇ ਸੇਵਾਦਾਰ ਕਿਰਪਾ ਕਰਕੇ ਮੈਂ ਬੇਨਤੀ ਕਰੂੰਗਾ ਪ੍ਰਧਾਨ ਜੀ ਆਓ ਜੀ ਮਣਾ ਹੀ ਕਰਦੀ ਰਾਮਰੇਂਦਰ ਸਰ ਸਟੇਜ ਦੇ ਥੱਲੇ ਅੜਕੀ ਪਾ ਰਿਹਾ ਜੀ ਲਵੀ ਤੋਂ ਸਟੇਜ ਦੇ ਨੀਚੇ ਚੱਲ ਗਈ ਹੈ ਬਾਲ ਮੇਰਾ ਵੀਰ ਬਣ ਕੇ ਨਰੋਲ ਦੇ ਵੀ ਸੈਮੀ ਚੱਲਣਗੇ ਅਰਸ਼ ਵੀਰੇ ਨਰੋਲ ਦੇ ਸੈਮੀ ਇਹ ਤੋਂ ਬਾਅਦ ਚੱਲਣਗੇ ਸੋਹਣੇ ਵੀਰ ਆਓ ਮੇਰਾ ਵੀਰ ਬਾਰਾਂ ਇੱਕ ਵੱਜੂ ਜੀ 9:30 ਇੱਕ ਵੱਜੂ ਉਹਨਾਂ ਬੱਸੇ ਚਲਾ ਗਏ ਵੀ ਉੱਧਰ ਤਾਂ ਨਰੋਲ ਦੇ ਚੱਲੀ ਜਾਂਦੇ ਉਹ ਹਜੇ ਕੱਢੇ ਇੱਕ ਉੱਧਰ ਦੋ ਬਾਰੋਂ ਦਾ ਕੱਢਿਆ ਜੇ ਨਰੋਲ ਦੇ ਰਹਿੰਦੇ ਆ ਦੋ ਸੈਮੀ ਫਾਈਨਲ ਉੱਧਰ ਇੱਧਰ ਇਹ ਹੋ ਜਾਣਗੇ ਉੱਧਰ ਉਹ ਹੋ ਜਾਣਗੇ ਇੱਕ ਤਾਂ ਵੱਜੂ ਆ ਅੰਗਰੇਜ਼ ਦੇ ਸਾਹਮਣੇ ਕਮਲ ਜੈਪੁਰ ਵੀਰੇ ਹਾਂਜੀ ਹਾਂਜੀ ਅਰਸ਼ ਵੀਰੇ ਬਿਲਕੁਲ ਜੀ
ਇੱਧਰ ਵੀ ਸੈਮੀ ਦੀਆਂ ਟਾਈਆਂ ਪੈ ਗਈਆਂ ਜੀ, ਉੱਧਰ ਵੀ ਸੈਮੀ ਦੀਆਂ ਟਾਈਆਂ। ਮੈਚ ਜੀ ਤਿੰਨ ਤਾਂ ਰਹਿ ਗਏ, ਇਸ ਤੋਂ ਬਾਅਦ ਇੱਧਰਲੇ ਆਪਣੇ ਅਕੈਡਮੀਆਂ ਦੇ ਦੋ ਸੈਮੀ ਇੱਕ ਫਾਈਨਲ, ਤਿੰਨ ਹੀ ਉੱਧਰ ਰਹਿ ਗਏ। ਸਕੋਰ ਕਿੰਨੇ ਆ? ਪੰਜ ਤੀਨ, ਪੰਜ ਇੱਧਰ, ਪੰਜ ਕਮਲ ਜੈਪੁਰ, ਤਿੰਨ ਉੱਧਰ ਮਰਦੈਣੀ ਅੰਗਰੇਜ਼ ਦੇ ਵੀਰੇ, 5-3। ਬਹੁਤ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ, ਤਿੰਨ ਨੰਬਰ ਕਿੱਧਰ ਹੈ ਉਧਰ ਤੇ ਪੰਜ ਇੱਧਰ ਹੈ। ਅਰਸ ਵੀਰੇ ਇਹਨਾਂ ਚੋਂ ਜਿਹੜੀ ਜਿੱਤੂ ਉਹ ਖੇਡੂ ਜੋਗੀ ਵਾਲੇ ਨਾਲ ਸੈਮੀ, ਜਿਹੜੀ ਉਧਰੋਂ ਜਿੱਤੂ ਬੜਸੀਕਰੀ ਤੇ ਚੰਡੀਗੜ੍ਹ ਚੋਂ, ਉਹਦੀ ਸੈਮੀ ਖੇਡੂ ਜੋਧਪੁਰੀ ਨਾਲ ਵੀਰੇ, ਅਪਡੇਟ ਆ ਜੀ। ਕਰਦਾ ਅਰਸ ਵੀਰੇ, ਹਾਂਜੀ ਬੋਲੋ ਜੀ। ਜ਼ਰੂਰ ਜੀ, ਲਓ ਸਾਹਮਣੇ ਇੱਧਰ ਮੁਕਾਬਲਾ ਜਿਹੜਾ ਬਹੁਤ ਤਕੜਾ ਖੇਡਿਆ ਜਾ ਰਿਹਾ ਨੌਜਵਾਨ ਨੰਬਰ ਇੱਧਰ, ਮੈਂ ਵੇਖਦਾ ਵੀ 6-3 ਦੀ ਟੱਕਰ ਹੈ, 6 ਨੰਬਰ ਓਕੇ ਅਰਸ ਵੀਰੇ, ਠੀਕ ਹੈ ਜੀ ਠੀਕ ਹੈ। ਵੇਖਦਾ ਵੀ ਜੈਪੁਰ ਵਾਲਿਆਂ ਦੇ ਹੈ, ਔਰ 3 ਨੰਬਰ ਜਿਹੜੇ ਉੱਧਰ ਮਰਦਾ ਹੈੜੀ ਦੀ ਟੀਮ ਦੇ ਮੇਰੇ ਮਿੱਤਰੋ ਜ਼ਿਲ੍ਹੇ ਪਟਿਆਲੇ ਦੇ ਗੱਭਰੂ ਜਿਹੜੇ ਬੱਲੇ ਬੱਲੇ ਕਰਵਾਈ ਆਉਂਦੇ ਨੌਜਵਾਨ, ਪਰ ਸਾਹਮਣੇ ਆਓ ਬੱਲੇ ਬੱਲੇ ਚੰਡੀਗੜ੍ਹ ਦੀ ਲੀਡ ਹੈ ਅਰਸ ਬਾਈ, 13-8 ਚੰਡੀਗੜ੍ਹ ਦੀ ਲੀਡ, ਬੜੀ ਵੱਡੀ ਮਿਹਨਤ ਕੀਤੀ ਅੱਜ ਦੇ ਇਸ ਵੱਡੇ ਕੱਪ ਉੱਤੇ ਨੌਜਵਾਨ। ਹੁਣ ਮੁੰਡੇ ਮੈਂ ਵੇਖਦਾ ਵੀ ਖੇਡ ਰਹੇ ਆ, ਹੁਣ ਜਿੱਤੂ ਕੌਣ ਸ਼ੱਕ ਤੇ ਰਹਿਣੀ ਆ ਮੇਲਾ ਰੋਪੜ ਦੀ ਧਰਤੀ ਦਾ, ਆਓ ਵੀਰੇ ਧੱਕ ਤੇ ਪੈਣੀ ਆ, ਧੱਕ ਪਈ ਹੋਈ ਹੈ, ਵੱਡਾ ਮੈਚ ਮੇਰੇ ਮਿੱਤਰੋ ਜਿਹੜਾ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਹੈ। ਲਓ ਸਾਹਮਣੇ ਮੈਂ ਵੇਖਦਾ ਵੀ ਮੁੰਡੇ ਕਹਿੰਦੇ ਧੰਨ ਧੰਨ ਕਰਵਾਈ ਆਉਂਦੇ ਆ, ਚੈਣੇ ਵਾਲ ਦੀ ਜਿਹੜੀ ਟੀਮ ਬਹੁਤ ਤਕੜਾ ਖੇਡਦੀ ਰਹੀ ਹੈ, ਪਰ ਸੁਖਦੀਪ ਅੱਜ ਮੇਰੇ ਮਿੱਤਰੋ ਮਰਦਾ ਹੇੜੀ ਦੀ ਟੀਮ ਦਾ ਇੱਕ ਵੱਡਾ ਹਿੱਸਾ ਬਣਿਆ ਹੋਇਆ ਹੈ। ਗੱਲਾਂ ਹੁੰਦੀਆਂ ਨੇ ਗੱਭਰੂ ਦੀਆਂ, ਪਰ ਉੱਧਰ ਵੀ ਮੈਚ ਲਗਭਗ ਸਮਾਪਤੀ ਦੇ ਵੱਲ ਹੈ। ਭਾਈ ਜੀ ਜੇਸੂ ਬਾਜਰਾ ਤੇ ਸੈਕਟਰ 26, ਇਹ ਟੀਮਾਂ ਮੇਰੀ ਬੇਨਤੀ ਆ ਵੀਰੇ ਉਹ ਗਰਾਊਂਡ ਨੰਬਰ 1 ਦੇ ਵਿੱਚ ਆ ਜਾਣ, ਉਹਨਾਂ ਦਾ ਮੈਚ ਖੇਡਿਆ ਜਾਣਾ ਜੇਸੂ ਬਾਜਰਾ ਤੇ ਸੈਕਟਰ 26 ਵਾਲੇ ਮੁੰਡੇ। ਵਿਦਰੀ ਇੱਧਰ ਨੰਬਰ ਕਿੰਨੇ ਹੋਣੇ? 8-3। ਓਕੇ ਮੇਰਾ ਭਾਈ, 14 ਨੰਬਰ ਚੰਡੀਗੜ੍ਹ ਦੀ ਟੀਮ ਦੇ ਆ, ਉਧਰ ਤਾਂ ਦੂਜੇ ਕਰਾਉਣੇ ਪੈਣਗੇ, ਇੱਧਰ ਜੇ ਉਹ ਪਹਿਲਾਂ ਨਿਬੜ ਗਿਆ ਤਾਂ ਉਹਨਾਂ ਨੂੰ ਸੱਦ ਲਾਂਗੇ। ਆ ਜੀ ਇਹਦਾ ਹੈਗਾ ਕਮਲ ਜੈਪੁਰ ਤੇ ਮਰਦਾ ਹੇੜੀ ਜੀ, ਉਧਰ ਆ ਚੰਡੀਗੜ੍ਹ ਤੇ ਵੜਦੀ
ਖੇਡੋ ਮੇਰਾ ਵੀਰ, ਮੇਰੀ ਬੇਨਤੀ ਹੈ ਵੀਰੇ, ਅੱਠ ਤੇ ਟੱਕਰ ਜਿਹੜੀ ਤਿੰਨ ਦੀ ਆ ਨਵੀਆਂ ਦਾ, ਇਹਦਾ ਅੱਜ ਦੇ ਬਲੂਟ ਵਾਲਾ ਅਭਿਸ਼ੇਕ ਵੀ ਆਇਆ ਹੋਇਆ, ਬਹੁਤ ਵੱਡਾ ਮੱਲ ਸਾਡੀ ਖੇਡ ਦਾ। ਗੱਭਰੂ ਦੇ ਚਰਚੇ ਜਿਹੜੇ ਹੁੰਦੇ ਆ, ਬਾਲ ਜਿਹੜੀ ਆਊਟ ਆ ਮੇਰੇ ਮਿੱਤਰੋਂ, ਤਿੰਨ ਤੇ ਅੱਠ ਦੀ ਟੱਕਰ ਹੈ ਜਿਹੜੀ ਖੇਡ ਗਰਾਊਂਡ ਦੇ ਅੰਦਰ। ਵੀ ਮੂਰਖਾਂ ਦਾ ਕੰਮ ਗੱਲ ਕਿਸੇ ਦੀ ਨਾ ਮੰਨਣਾ, ਸਿਆਣੇ ਬੰਦੇ ਪਹਿਲਾਂ ਗੱਲ ਸੋਚਦੇ ਵਿਚਾਰਦੇ, ਮੂਰਖਾਂ ਦਾ ਕੰਮ ਗੱਲ ਗੱਲ ਉੱਤੇ ਹੱਸਣਾ। ਮਰਦ ਗੁਲਾਮ ਕਦੇ ਬਣਦੇ ਨਾ ਨਾਰਦੇ, ਹੱਥੀ ਲਾਈ ਅੱਗ ਬੁੱਝਦੀ ਨਾ ਸੁੱਕੀ ਲੋਕੋ। ਕਵਾਟਰ ਮੈਚ ਆਪਣੇ ਲਾਸਟ ਕਵਾਟਰ ਦੀ ਯੂਪੀ ਸਾਧਰੀ ਹੈਗਾ ਹੀ ਕਮਲ ਜੈਪਾ ਕੋਰੇ, ਨਾ ਗੁੱਜੀ ਰਹਿੰਦੀ ਬੋਲਦੀ ਗਰਾਊਂਡਾਂ ਵਿੱਚ, ਤੇ ਕਦੇ ਨਾ ਲੁਕਾਇਆ ਲੁਕੇ, ਆਓ ਸੱਚ ਲੁਕ ਵਾਲੇ। ਦੂਜਾ ਲਾਈਵ ਵੀਰੇ ਵਾਲੀਬਾਲ ਸ਼ੂਟਿੰਗ ਪੰਜਾਬ ਆ ਜੀ, ਲਓ ਸਾਹਮਣੇ ਦੇ ਅੱਠ ਤੇ ਤਿੰਨ ਦੀ ਟੱਕਰ ਆ ਨਵਜਾਨਾ, ਪਰ ਇੱਧਰ ਹੁਣ ਕੌਣ ਜਿੱਤਦਾ ਕੌਣ ਹਾਰਦਾ ਹੈ। ਪਰ ਉੱਧਰ ਵੀ ਮੇਰੇ ਮਿੱਤਰੋਂ ਪੇਚਾ ਜਿਹੜਾ ਉਹ ਵੱਡਾ ਪਿਆ ਹੋਇਆ ਇੱਕ ਨੰਬਰ ਗਰਾਊਂਡ ਦੀਆਂ ਟੀਮਾਂ ਦੇ ਵਿਚਕਾਰ, ਉੱਧਰ ਵੀ ਹਾਲੇ ਫੈਸਲੇ ਜਿਹੜੇ ਆਹ ਮੇਰੇ ਮਿੱਤਰੋਂ ਬਾਕੀ ਨੇ, ਵੀ ਜਿੱਤਾ ਹਾਰਾ ਦੇ ਨਾਲ ਫੈਸਲੇ ਅਧੂਰੇ ਜਾਰੂ ਰਹਿਣਗੇ। ਚੱਲਦਾ ਇਹ ਮੈਚ ਦੇ ਪਟਾਕੇ ਪੂਰੇ ਪੈਣਗੇ, ਮਾਰ ਦੇਣਾ ਡੰਗ ਗੰਡੋਏ ਜਾ ਕੇ ਹੱਥ ਮਿੱਤਰੋ, ਨਿਕਲਣਗੇ ਨਾਗਾ ਚੋਂ ਖੜੱਪੇ ਸੱਪ ਮਿੱਤਰੋ। ਥੋੜੇ ਟਾਈਮ ਨੂੰ ਪਤਾ ਲੱਗ ਜਾਣਾ ਵੀ ਮੇਲਾ ਜਿੱਤ ਕੌਣ ਲੈ ਗਿਆ, ਔਰ ਥੋੜੇ ਟਾਈਮ ਨੂੰ ਪਤਾ ਲੱਗ ਜਾਣਾ ਵੀ ਇਸ ਧਰਤੀ ਦੇ ਉੱਤੋਂ ਮੇਲੇ ਆਓ ਕਿਹਨਾਂ ਨੇ ਕਿੰਨੇ ਫਤਿਹ ਕੀਤੇ ਆ, ਕਿਹਨਾਂ ਨੇ ਪੋਸਟਾਂ ਪਾਉਣੀਆਂ ਇਹਦੇ ਸਮੇਂ ਦੀਆਂ ਮੇਰੇ ਮਿੱਤਰੋ, ਆਓ ਪਾਤਾ ਫੁੱਟ ਗਈ ਹੈ। ਕੱਲ ਨੂੰ ਉੱਪਲੀ ਦੇ ਖੇਡ ਮੇਲੇ ਦੀ ਗੱਲ ਕਰਾਂਗੇ, ਪਰਸੋਂ ਨੂੰ ਕਹਿੰਦੇ ਭੱਟੀਆਲ ਦੇ ਵਿੱਚ ਗੱਲਾਂ ਹੋਣਗੀਆਂ ਮੇਰੇ ਮਿੱਤਰੋ। ਪਰ ਇੱਧਰ ਗੱਭਰੂ ਨੇ ਗਲਤੀ ਕਰ ਦਿੱਤੀ ਆ ਨਵਜਾਨਾ, ਦੂਜਾ ਲਾਇਆ ਬਾਈ ਵਾਲੀਬਾਲ ਐਂਡ ਗੱਲਬਾਤ ਆ, ਜੋਧਪੁਰੀ ਦਾ ਮੈਚ ਦਿਖਾਵਾਂ ਬਾਈ ਤੋਂ ਬਾਅਦ। ਬਾਕੀ ਨਾਨੂ ਹੈ ਉਧਰ ਕਿਹੜੇ ਲਾਈ ਦੱਸੋ ਜੀ। ਹਾਂ ਨਾਨੂ ਦਾ ਵਰਿੰਦਰ ਕਹਿੰਦਾ ਵੀ ਮੋਰ ਬਣ ਗਿਆ, ਔਰ ਚੱਲਦੇ ਹਾਂ ਮੇਰੇ ਮਿੱਤਰੋ। ਇਹ ਵੀ ਬੜੇ ਪਿਆਰੇ ਵੀਰ ਆ, ਬਹੁਤ ਹਸਮੁੱਖ ਇਨਸਾਨ ਹੈ, ਸਾਡੀ ਖੇਡ ਦਾ ਬਹੁਤ ਵੱਡਾ ਧੰਨਵਾਦ ਹੈ, ਬੜਾ ਪਿਆਰ ਦਿੱਤਾ ਪੰਜਾਬੀਆਂ ਨੇ ਰਾਜਸਥਾਨ ਵਾਲੇ ਮੁੰਡਿਆਂ ਨੂੰ ਮੇਰੇ ਮਿੱਤਰੋ। ਗੱਲਾਂ ਜਿਹੜੀਆਂ ਹੁੰਦੀਆਂ ਨੇ ਭਰਾ ਸਾਡੇ ਦੀਆਂ, ਲਓ ਸਾਹਮਣੇ ਵੀ ਲੈ ਕੇ ਫਾਸਟ ਫਿਰਦੇ ਆ, ਜਿੱਤਣੇ ਨੂੰ ਜ਼ਿੰਦਗੀ ਦੀ ਗੇਮ ਨਾ ਕਰੋ, ਜਿਹੜਾ ਕੰਬਲਾਂ 'ਚ ਬਹਿ ਕੇ ਪੂਰਾ ਹੋ ਜਾਵੇ ਕਿੱਡਾ ਕੁ ਹੋਣਾ, ਏਮ ਨਾ ਕਰੋ ਚੈੱਕ ਫੀਲਿੰਗਾਂ 'ਚੋਂ ਗੰਨਾ ਚੱਕੀ ਫਿਰਦੇ, ਉਹ ਮਿੱਤਰਾਂ ਨੇ ਰੱਖੇ ਠਾਰ ਕੇ ਟਾਪਾ, ਉਹ ਨਹੀਂ ਜਿਹੜੇ ਪਾਉਂਦੇ ਆ ਸਟੋਰੀਆਂ ਬਾਈ ਪੱਬਜੀ 'ਤੇ ਬੰਦਾ ਮਾਰ ਕੇ। ਉੱਧਰ ਸਾਡੀ ਜ਼ਿੰਦਗੀ ਦਾ ਮਾਣ ਆ ਸਾਡਾ ਵੱਡਾ ਬਾਈ, ਬਾਈ ਦਵਿੰਦਰ ਭਰਾ ਸਾਡਾ ਗੁਰਮਾਲਾ, ਔਰ ਇੰਸਪੈਕਟਰ ਕ੍ਰਾਈਮ ਬ੍ਰਾਂਚ ਚੰਡੀਗੜ੍ਹ ਤੋਂ ਵੀ ਸਾਡੇ ਦਰਬਾਰ ਪੁੱਜਿਆ ਹੋਇਆ ਅੱਜ ਦੇ ਸੁਵੱਡੇ ਕਾਪੋ ਤੇ। ਇਹ ਵੀਰ ਦਾ ਬਹੁਤ ਵੱਡਾ ਧੰਨਵਾਦ ਹੈ, ਜ਼ਿੰਦਗੀ ਦਾ ਬੜਾ ਪਿਆਰਾ ਵੀਰ ਹੈ, ਆਹ ਗੱਲਾਂ ਕਹਿੰਦੇ ਵੱਡੀਆਂ ਹੁੰਦੀਆਂ ਸਾਡੇ ਵੱਡੇ ਵੀ ਹੁੰਦੀਆਂ ਮੇਰੇ ਮਿੱਤਰੋ, ਔਰ ਰਿਕਾਰਡ ਗੱਭਰੂ ਦੇ ਵੱਡੇ ਪੱਧਰ ਦੇ ਉੱਤੇ ਹੁੰਦੇ ਆ, ਪਰ ਸਾਹਮਣੇ ਬੱਲੇ 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 ਹੋਈ ਪਈ ਆ ਨਵਜਾਨਾ, ਇਹ ਸਾਹਮਣੇ ਸੁਣਿਆ ਆਹ ਗੱਲਾਂ ਕਹਿੰਦੇ ਵੱਡੀਆਂ ਨੇ, ਮੁਕਾਬਲਾ ਬੜਾ ਸਖਤ ਹੈ ਗਰਾਊਂਡ ਦੇ ਅੰਦਰ, ਹੁਣ ਕੌਣ ਨੰਬਰ ਜੋੜਦਾ ਆਪਣੀ ਟੀਮ ਦੇ ਲਈ। ਪਰ ਸਾਹਮਣੇ ਨੌ ਤੇ ਤਿੰਨ ਹੋਰ
ਨਾਲ ਹੀ ਸਾਡੇ ਮੁੱਖ ਮਹਿਮਾਨ ਮਨੀਸ਼ ਵਰਮਾ ਜੀ ਵੇਲੇ ਵਾਲੇ, ਉਹ ਵੀ ਸਾਡੇ ਦਰਬਾਰ ਵਿਸ਼ੇਸ਼ਣ ਤੇ ਪਹੁੰਚ ਚੁੱਕੇ, ਉਹਨਾਂ ਦਾ ਸਵਾਗਤ ਹੈ। ਮਨੀਸ਼ ਵਰਮਾ ਜੀ ਵੇਲੇ ਵਾਲੇ, ਉਹ ਵੀ ਸਾਡੇ ਦਰਬਾਰ ਟਾਈਮ ਦੇ ਚੋਂ ਟਾਈਮ ਕੱਢ ਕੇ ਪਹੁੰਚੇ ਆ। ਮੈਂ ਵੀ, ਮੈਨੂੰ ਲੱਗਦਾ ਕੰਮ ਦੇ ਉਤਰਲੇ ਪਾਸੇ ਵੀ ਨੇੜੇ ਤੇੜੇ ਆ ਗਿਆ ਮੁੰਨੇ। 10 ਤੇ 16 ਉੱਡੀਆਂ ਦੀ ਖੇਡ ਮੇਰੇ ਖਿਆਲ 10 ਤੇ 16 ਕਿਆ ਬਾਤ ਹੈ। ਔਰ ਇੱਧਰਲੇ ਪਾਸੇ ਵੇਲੇ ਵਾਲੇ ਸਾਡੇ ਬਹੁਤ ਸਤਿਕਾਰਯੋਗ ਵਰਮਾ ਸਾਹਿਬ, ਉਹ ਵੀ ਆ ਗਏ ਨੇ। ਬਹੁਤ ਬਹੁਤ ਧੰਨਵਾਦ ਮੈਂ ਕਰਦਾ ਹਾਂ ਸਾਰੇ ਸਤਿਕਾਰਯੋਗ ਚਿਹਰਿਆਂ ਦਾ, ਔਰ ਜਿੰਨੇ ਦੀ ਵੀ ਲਾਈਵ ਜੁੜੇ ਬੈਠੇ ਅੱਜ ਦੇ ਵੱਡੇ ਕੱਪ ਦੇ ਨਾਲ। ਜੈਪੁਰ ਦਾ ਚੱਲੀ ਜਾਂਦਾ ਵੀਰੇ, ਸਾਹਮਣੇ ਮੈਚ ਜੈਪੁਰ ਦਾ ਹੀ ਹੈ। ਹੈਲੋ ਕਾਲੀ, ਉੱਧਰ ਸਾਡੇ ਬਹੁਤ ਸਤਿਕਾਰ ਦੇ ਯੋਗ ਨੇ ਸ਼ਿਵਾਲਿਕ ਵਾਲੀਬਾਲ ਕਲੱਬ ਰੋਪੜ ਵਾਲੇ ਵੀਰ, ਔਰ ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਰੋਪੜ, ਔਰ ਨਾਲ ਹੀ ਸ਼ਹੀਦ ਭਗਤ ਸਿੰਘ ਸ਼ੂਟਿੰਗ ਬਾਲ ਕਲੱਬ ਥੱਲੀ, ਇਹ ਸਾਰੇ ਕਲੱਬਾਂ ਦੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਔਰ ਨਾਲ ਹੀ ਸਾਡੇ ਸਮੂਹ ਮੈਂਬਰ ਮਾਰਨਿੰਗ ਵਾਲੀਬਾਲ ਕਲੱਬ ਦੇ ਇਕੱਲੇ ਇਕੱਲੇ ਵੀਰ ਦਾ ਸਾਡੇ ਵੀਰ ਟੰਡਨ ਘਿਓਰਾ ਸਾਹਿਬ ਵੀ ਹੋਈ ਹੈ, ਇਕੱਲੇ ਇਕੱਲੇ ਮਹਿਮਾਨ ਦੀ ਜਿਹੜੀ ਮਹਿਮਾਨ ਨਵਾਜ਼ੀ ਕੀਤੀ ਜਾ ਰਹੀ ਹੈ, ਔਰ ਇਕੱਲੇ ਇਕੱਲੇ ਖਿਡਾਰੀ ਦੇ ਨਾਲ ਜਿਹੜਾ ਪਿਆਰ ਸਤਿਕਾਰ ਹੈ ਵਾਲੀਬਾਲ ਦੀ ਕਰੀਬ ਪੁੱਜੀ ਹੋਈ ਹੈ। ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਸਰਪ੍ਰਸਤ ਸ਼੍ਰੀ ਜੀਵਨ ਸੰਧੀਰ ਜੀ, ਕਲੱਬ ਪ੍ਰਧਾਨ ਸਰਦਾਰ ਕਰਨਵੀਰ ਸਿੰਘ ਜੀ, ਬਾਈ ਗਿੰਨੀ ਜੌਲੀ, ਨਵਦੀਪ ਸਿੰਘ ਜੀ, ਅਬਟ ਕੈਸ਼ੀਅਰ ਸਾਹਿਬ, ਸ਼੍ਰੀ ਰੱਕੇ ਜਿੰਦਲ ਜੀ, ਅੰਮ੍ਰਿਤਪਾਲ ਸਿੰਘ ਜੀ ਦੁੱਗਲ, ਕੁਲਦੀਪ ਸਿੰਘ ਜੀ ਕਲੇਰ, ਲੋਕੇਸ਼ ਗੁਪਤਾ ਜੀ, ਸਜਣ ਸੂਦ ਜੀ, ਨਾਲ ਸਤਨਾਮ ਸਿੰਘ ਜੀ ਸੱਤੀ, ਪ੍ਰਧਾਨ ਪ੍ਰੈਸ ਕਲੱਬ ਰੋਪੜ, ਹੈਪੀ ਸੈਣੀ ਜੀ, ਸਰਦਾਰ ਚਤੁਰ ਸਿੰਘ ਜੀ ਸੀਨੀਅਰ ਵਾਲੀਬਾਲ ਖਿਡਾਰੀ, ਔਰ ਨਾਲ ਡਿੰਪਲ ਜੀ ਮੈਂਬਰ ਰਾਣਾ ਜੀ, ਸਾਡੇ ਜਿਹੜੇ ਨੈੱਟ 'ਤੇ ਖੇਡਦੇ ਨੇ, ਔਰ ਗੁਰਵਿੰਦਰ ਸਿੰਘ ਜੀ ਗਿੱਲੀ ਸੀਨੀਅਰ ਹਾਕੀ ਕੋਚ, ਡਾਕਟਰ ਹਰਪੀ ਸਿੰਘ ਜੀ ਝੱਲੀਆਂ, ਸਾਰੇ ਆਪਾਂ ਕਰਾਂਗੇ, ਔਰ ਸਾਡੇ ਕਲੱਬ ਦੇ ਜਿਹੜੇ ਮੇਨ ਅਹੁਦੇਦਾਰ ਹੈ, ਔਰ ਸਾਡੇ ਬਈ ਹੇਮੰਤ ਟੰਡਨ ਜੀ, ਬਹੁਤ ਵੱਡੀ ਗੱਲਬਾਤ ਹੈ ਖਿਡਾਰੀਆਂ ਦੇ ਨਾਲ ਪਿਆਰ ਸਤਿਕਾਰ, ਸਾਰੇ ਵੀਰਾਂ ਦਾ ਮੈਂ ਦਿਲੋਂ ਧੰਨਵਾਦ ਕਰਾਂਗਾ ਵੀ ਪੈਰ ਪੈਰ ਉੱਤੇ ਜਿਹਨਾਂ ਦਿੱਤੀਆਂ ਦਲੇਰੀਆਂ, ਤੇ ਜਾਣ ਤੋਂ ਪਿਆਰੇ ਬਣੇ ਬਾਹਾਂ ਜਿਹੜੇ ਮੇਰੀਆਂ, ਮੇਰੇ ਲਈ ਉਸ ਸੀਨੇ ਉੱਤੇ ਖਾਧਾ ਤਲਵਾਰਾਂ ਨੂੰ, ਮੇਰੀ ਵੀ ਉਮਰ ਰੱਬਾ ਲਾ ਦੇ ਮੇਰੇ ਯਾਰਾਂ ਨੂੰ, ਤੂੰ ਮੇਰੀ ਵੀ ਉਮਰ ਰੱਬਾ ਲਾ ਦੇ ਮੇਰੇ ਯਾਰਾਂ ਨੂੰ, ਮੈਂ ਵੀ ਗੁਰਲਾਲ ਕਰੀ ਗੱਲ ਮੇਰਾ ਵੀ। ਲੇਟ ਹੋ ਗਈ ਤੁਸੀਂ? ਮੈਂ ਡਿਊਟੀ ਤੋਂ ਭਾਈ। ਅੱਛਾ ਜੀ, ਅੱਛਾ ਅੱਛਾ ਜੀ ਭਾਈ ਜੀ, ਮੇਰੀ ਬੇਨਤੀ ਹੈ, ਮੇਰਾ ਭਰਾ ਪੁਆਇੰਟ ਵੀ ਦੱਸ ਦੇ ਭਾਈ ਜੀ, ਇਹ ਨੰਬਰ ਗਰਾਊਂਡ ਨਹੀਂ ਹੈ ਭਾਈ, ਵਾਲੀਬਾਲ ਸ਼ੂਟਿੰਗ ਪੰਜਾਬ ਦੇਸੂ ਮਾਜਰਾ ਤੇ ਸੱਪੀ ਸੈਕਟਰ ਦੀਆਂ ਟੀਮਾਂ ਜਿਹੜੀਆਂ ਗਰਾਊਂਡ ਨੰਬਰ 1 ਦੇ ਲੱਗ ਰਿਹਾ, ਉਧਰ ਉਹਨਾਂ ਦਾ ਮੈਚ ਖੇਡਿਆ ਜਾਵੇਗਾ, ਇਹ ਮੇਰੀ ਗੁਜ਼ਾਰਿਸ਼ ਹੈ ਮੇਰੇ ਭਰਾਵਾਂ ਨੂੰ। ਕਮੈਂਟ ਦਰ ਆਈ ਨਹੀਂ ਕੋਈ? ਨਾ ਨਾ ਦੇ, ਮੈਂ ਤਾਂ ਭਾਈ ਬਲੈਕ ਤੋਂ ਹਟ ਨੰਬਰ ਦੱਸੀ ਇੱਕ ਵਾਰੀ ਕਿਵੇਂ ਆਵਾਜ਼ ਘੱਟ ਆਈ ਜਾਂਦੀ? 11000 ਸਰ, ਮੈਂ ਕਈ ਵਾਰੀ ਉਹ ਹੁੰਦਾ ਨਹੀਂ ਕਿ ਕਮੈਂਟ ਤੋਂ ਪਤਾ
ਬਾਈ ਜੀ ਮੇਰੀ ਬੇਨਤੀ ਹੈ ਚਾਹ ਵਾਲੇ ਵੀਰ ਨੂੰ ਤੇ ਮੇਰਾ ਬਾਈ ਬਣ ਕੇ ਰਲਾਈ ਵਾਲੇ ਵੀਰਾਂ ਦੇ ਲਈ ਚਾਹ ਜ਼ਰੂਰ ਪਹੁੰਚਦੀ ਕਰੋ। ਡੰਡਨ ਸਾਹਿਬ ਕਿਉਂ ਮਾੜੇ ਜਿਹੇ ਮੁੰਡਿਆਂ ਨੂੰ ਵੀ ਚਾਹ ਜ਼ਰੂਰ ਪਹੁੰਚਦੀ ਕਰ ਦਿਓ ਲਾਈ ਵਾਲੇ ਵੀਰਾਂ ਦੇ ਲਈ ਬੁਲਾਰਿਆਂ ਦੇ ਲਈ। ਆਓ ਇੱਧਰ ਖੇਡ ਗਰਾਊਂਡ ਦੇ ਨਾਲ ਜੁੜੀਏ ਆਪਾਂ, ਬੜਾ ਤਕੜਾ ਮੁਕਾਬਲਾ ਕਿਹਾ ਤੇ ਖੇਡਿਆ ਜਾ ਰਿਹਾ ਹੈ ਵੀ ਅੜੀ ਝੜੀ ਪੈਂਦੇ ਜਦੋਂ ਪੇਚੇ ਸੋਹਣਿਆ, ਦੂਰ ਹੁੰਦੇ ਦਿਲਾਂ ਦੇ ਭੁਲੇਖੇ ਸੋਹਣਿਆ। ਅਗਲਾ ਵੀ ਕੀ ਆਉਂਦੀ ਕੱਤੀ ਮੋੜ ਦਾ ਰਾਜੇ ਕਿਲੇ ਦਬਕਾ ਪਗਾਨੇ ਪੁੱਤ ਦਾ ਵੱਜਦਾ ਫਰਾਟਾ ਜਿਵੇਂ ਨੀਲੇ ਫੋੜਦਾ। ਆਓ ਆਹ ਕਹਿੰਦੇ ਮੇਰੇ ਮਿੱਤਰੋ ਡਾਕਟਰ ਹੈ ਤੇ ਗੱਲਾਂ ਵੱਡੀਆਂ ਨੇ ਭਰਾ ਸਾਡੇ ਦੀਆਂ, ਮੈਚ ਬੜਾ ਟੌਪ ਦਾ ਖੇਡਿਆ ਜਾ ਰਿਹਾ ਹੈ, ਚੰਡੀਗੜ੍ਹੀਆਂ ਨੇ ਮੇਰੇ ਮਿੱਤਰੋ ਆਓ ਟੱਕ ਲਿਆ ਨਹੀਂ ਉਧਰ ਵੀ ਮੁਕਾਬਲਾ ਬੜਾ ਸਖਤ ਹੈ ਵੀ ਮਿੱਤਰਾਂ ਨੰਬਰ ਕੌਣ ਜੋੜਦਾ ਆਪਣੀ ਟੀਮ ਦੇ ਲਈ ਮੇਰੇ ਮਿੱਤਰੋ, ਮੈਚ ਬੜਾ ਟੌਪ ਦਾ ਵੀ ਸਮੇਂ ਜਿਹਾ ਪ੍ਰਮਾਣ ਤੇ ਨਾ ਭਲਵਾਨ ਕੋਈ ਆਖਰ ਵੱਡਿਆ ਵੱਡਿਆਂ ਦੀ ਚੜ ਲਾ ਜਾਂਦਾ ਹਿੰਮਤ ਕਰਕੇ ਵੇਖ ਲੈ। ਆਓ ਜੇ ਗੱਲ ਬਣ ਜਾਵੇ ਤੇ ਅੱਗੇ ਵਧਣ ਲਈ ਕੌਣ ਕਿਸੇ ਨੂੰ ਰਾਹ ਦਿੰਦਾ, ਸਾਰੇ ਦੁੱਖ ਤੇ ਅਸੀਂ ਹੱਸ ਕੇ ਚਰ ਜਾਈਏ ਤੇ ਵੀਰ ਨੂੰ ਇੱਕ ਤੇਰਾ ਦੁੱਖ ਰਵਾ ਜਾਂਦਾ। ਗੱਲਾਂ ਹੁੰਦੀਆਂ ਨੇ ਮੇਰੇ ਮਿੱਤਰੋ, ਬੜਾ ਟੌਪ ਦਾ ਮੈਚ ਆ ਚੱਲਦਾ ਹੋਇਆ ਮੈਚ ਮੇਰੇ ਮਿੱਤਰਾਂ, ਕਿਹੜੀ ਟੀਮ ਜਿੱਤਦੀ ਹੈ ਬਾਤਾਂ ਕਹਿੰਦੇ ਸਮੇਂ ਦੀਆਂ ਨੇ ਮੇਰੇ ਮਿੱਤਰਾਂ, ਪਰ ਉਧਰ ਨਾਨੂ ਵਰਗੇ ਆਓ ਗੱਲਾਂ ਕਹਿੰਦੇ ਵੱਡੀਆਂ ਨੇ ਟੀਟੂ ਵਰਗੇ ਆ ਕਹਿੰਦੇ ਕਮਲ ਆ, ਆਓ ਬੱਲੇ 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 ਨਾਲ ਅਭਿਸ਼ੇਕ ਹੈ ਨਾਲ ਵਿਨੋਦ ਆ ਮੇਰੇ ਮਿੱਤਰੋ, ਇੱਕ ਪੰਡੇ ਮੱਲ ਪਰ ਮਾਣ ਖੇੜੇ ਵਾਲਾ ਕਮਾਲ ਕਰ ਗਿਆ। ਚਿਰਾਗ ਦੀਨ ਚਿਰਾਗ ਦੀਨ ਭਰਾ ਸਾਡਾ ਨਾਲ ਕਾਕਾ ਖਾਂ ਤੇ ਨਾਲ ਅਕਬਰ ਅਲੀ ਜੀ, ਉਹ ਵੀ ਜਿਹੜੇ ਮੈਚਾਂ ਦਾ ਆਨੰਦ ਮਾਣ ਰਹੇ ਆ। ਘਰ ਦੇ ਵਿੱਚ ਐਲ ਈ ਡੀ ਲੱਗੀ ਹੋਈ ਆ, ਹਰ ਐਲ ਈ ਡੀ ਲਾ ਕੇ ਜਿਹੜੇ ਕੈਮਰੇ ਫੋਕਸ ਨੇ ਤੇ ਆਪਾਂ ਕਹਿ ਦਈਏ ਵੀ ਮੈਚਾਂ ਦਾ ਆਨੰਦ ਮਾਣ ਰਹੇ ਆ। ਨਵਾਬ ਦੇ ਨਾਲ ਬੜਾ ਪਿਆਰ ਹੈ ਔਰ ਉਹਨਾਂ ਦਾ ਵੀ ਬੜਾ ਧੰਨਵਾਦ ਹੈ, ਪਰ ਇੱਧਰ ਵੇਖ ਆਓ ਬੱਲੇ 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 ਆਓ ਸਵਾਦ ਮੇਰੇ ਮਿੱਤਰੋ। ਪਰ ਰੱਬਾ ਇੱਕ ਹੋਰ ਗਲਤੀ ਕਰ ਗਿਆ, ਸਤਾਰਾਂ ਹੋ ਗਈ ਸ਼ਾਇਦ। ਕਿੰਨੇ ਪੁਆਇੰਟ ਆ ਬਾਈ ਜਿੰਦਰ ਪਿੰਗ, ਕਿੰਨੇ ਪੁਆਇੰਟ ਹੋ ਗਏ? ਤੇਰਾਂ ਇੱਧਰ ਚਾਰ, ਤੇਰਾਂ ਹੋ ਗਏ ਜੀ, ਤੇਰਾਂ ਚਾਰ ਆ, ਬਾਰਾਂ ਗਿਆ ਜੀ, ਉਹਨਾਂ ਸਤਾਰਾਂ ਸੁਣਿਆ ਜੀ। ਲੈ ਬਾਈ ਯਾਰ ਮੈਚ ਤੇ ਇੱਧਰ ਵੀ ਬੜਾ ਟੌਪ ਦਾ ਖੇਡਿਆ ਜਾ ਰਿਹਾ ਦੋਨੋਂ ਟੀਮਾਂ ਦੇ ਵਿਚਕਾਰ, ਮੈਚ ਤੇ ਇੱਧਰ ਦੇਖਣ ਵਾਲਾ 16 ਨੰਬਰ ਜਿਹੜੇ ਚੰਡੀਗੜ੍ਹੀ ਮੁੰਡਿਆਂ ਦੇ ਆ ਤੇ ਬੜਸਿੰਗਰੀ ਵਾਲਿਆਂ ਦੇ ਨੰਬਰ ਜਿਹੜੇ 14 ਨੇ ਮੇਰੇ ਮਿੱਤਰੋ, 16 ਤੇ 14 ਦੀ ਖੇਡ ਖੇਡੀ ਜਾ ਰਹੀ ਆ, ਹੁਣ ਕੌਣ ਜੋੜਦਾ ਲਓ ਸਾਹਮਣੇ ਮੇਰੇ ਮਿੱਤਰੋ ਤੂਫਾਨ ਆਓ ਦੁਨੀਆਂ ਨੂੰ ਦੱਸਣਾ ਪੈਣਾ ਕਰ ਜਾਂਦਾ। ਪਰ ਇੱਧਰ ਵੇਖ ਅੱਜ ਕਹਿੰਦੇ ਤਾੜੀਆਂ ਵੱਜੀਆਂ ਗੱਭਰੂ ਦੇ ਲਈ ਵੀ ਵੱਜੀਆਂ ਤਾੜੀਆਂ ਤੋਂ ਪਤਾ ਲੱਗ ਜਾਂਦਾ ਲੋਕਾਂ ਦੇ ਮਨ ਨੂੰ ਲੱਗਿਆ ਦਾ, ਦੁਨੀਆਂ ਪੂਜਦੀ ਯੋਧਿਆਂ ਨੂੰ ਕੋਈ ਨਾਂ ਨਹੀਂ ਲੈਂਦਾ ਭੱਠਿਆਂ ਦਾ, ਪੰਜੇ ਸ਼ੇਰਾਂ ਵਾਂਗਰਾਂ ਲੜਦੇ ਨੇ ਅੱਜ ਚਮਕੂ ਕੌਣ ਸਤਾਰਾ
ਅੱਡੀ ਚੋਟੀ ਦਾ ਜ਼ੋਰ ਅੱਜ ਲੱਗਣਾ, ਦੁਨੀਆ ਖੜ ਕੇ ਵੇਖੋ ਨਜ਼ਾਰਾ। ਲਓ ਬੜਾ ਟਾਪ ਦਾ ਮੈਚ ਆ ਮੇਰੇ ਮਿੱਤਰੋ, ਇੱਧਰ ਕਹਿੰਦੇ 14 ਤੇ 16 ਦੀ ਟੱਕਰ ਆ, ਨੰਬਰ ਜੇ 15 ਜੋੜ ਦਿੱਤਾ ਇਹ ਮਿੱਤਰਾ ਫਿਰ ਦਬਦਬਾ ਬਣ ਜਾਣਾ। ਉਹ ਕਹਿੰਦੇ ਗੱਭਰੂ ਨੂੰ ਵੀ ਚੋਬਰ ਇੱਕ ਤਣ ਗਿਆ ਹੋਏ, ਰੌਲਾ ਤੇ ਪਹਿਲਾਂ ਸੀ ਹੁਣ ਤੇ ਮਸਲਾ ਬਣ ਗਿਆ ਹੋਏ, ਇਹਨਾਂ ਨੇ ਆਏ ਨੰਬਰ ਨਹੀਂ ਦੇਣਾ। ਫੁੱਲੀ ਵਾਲੀ ਆ, ਇਹ ਵੀ ਚੰਗੇ ਉਸਤਾਦਾਂ ਦੇ ਚੰਡੇ ਹੋਏ ਆ, ਆਹ ਬੱਲੇ ਬੱਲੇ ਕਰਵਾਉਣੀ ਪੈਣੀ ਆ, ਨੰਬਰ ਤੇ ਇੱਕ ਦੇ ਜ਼ੋਰ ਨਾਲ ਲਿਆ ਜਾਣਾ। ਤੂੰ ਵੀ ਇੱਕ ਝੋਟੀ ਦਾ ਖਿਡਾਰੀ ਆ, ਬੜੇ ਪੰਜਾਬ ਦੇ ਜਿੱਤੇ ਪਰ ਬਾਲ ਆਊਟ ਆ, ਨੰਬਰ 15 ਆਪਣੀ ਟੀਮ ਦੇ ਲਈ। ਗੱਭਰੂ ਨੇ ਜ਼ੋਰ ਦਿੱਤਾ ਮੇਰੇ ਮਿੱਤਰੋ, 15 ਤੇ 16 ਦੀ ਟੱਕਰ ਆ, ਇੱਕ ਪੁਆਇੰਟ ਦਾ ਫਰਕ ਆ, ਪਰ ਇੱਧਰ ਫਰਕ ਕਹਿੰਦੇ ਵੱਡਾ ਪੈ ਗਿਆ ਦੋ ਨੰਬਰ ਗਰਾਊਂਡ ਦੇ ਅੰਦਰ। ਨਾਲੇ ਪਏ ਤਾਂ ਨਾ ਵਾਲੀਬਾਲ ਸ਼ੂਟਿੰਗ ਪੰਜਾਬ ਹੀ ਹੈ ਨਾ। ਹਾਂ, ਵਾਲੀਬਾਲ ਸ਼ੂਟਿੰਗ ਪੰਜਾਬ ਮੰਨੇ ਦਾ ਬਈ। ਦੂਜਾ ਗਰਾਊਂਡ ਹੀ ਆ ਬਈ, ਇਹ ਦੋ ਨੰਬਰ ਗਰਾਊਂਡ ਹੀ ਹੈ। ਬਾਟ ਕੀ ਹਿਸਾਬ ਤਾਂ 14-6 ਪੁਆਇੰਟ ਬਾਈ 15 ਹੋਏ, 14-6 ਜੀ। ਲਓ ਉੱਧਰ ਮੈਨੂੰ ਲੱਗਦਾ ਬਾਈ 16-16 ਹੋ ਗਏ ਇੱਧਰ ਬਾਈ। ਵਾਹ, ਕਿੰਨੇ ਦੇ 19 ਦੇ ਆਪਾਂ, ਇੱਧਰ ਵੀ ਕਹਿੰਦੇ 16-16 ਹੋ ਗਏ ਮੁਲਕੋ। ਆਓ ਚਰਚੇ ਕਹਿੰਦੇ ਵੱਡੇ ਆ ਗੱਭਰੂਆਂ ਦੇ, ਬੜਾ ਟਾਪ ਦਾ ਮੁਕਾਬਲਾ। ਇੱਕ ਮਿੰਟ ਰੁਕ ਜਾ ਉਸਤਾਦ ਜੀ, ਉੱਚੋ ਹਾਂਜੀ ਹਾਂਜੀ ਵੀਰੇ, 7 ਚੱਲੀਆਂ ਦਾ ਵੀਰੇ ਦੋ ਨੰਬਰ ਗਰਾਊਂਡ ਤੇ ਵਾਲੀਬਾਲ ਸ਼ੂਟਿੰਗ ਪੰਜਾਬ ਦੇ। ਲਾਸਟ ਪੁਆਇੰਟ ਆ ਗਿਆ ਜੀ, ਮੁਕਾਬਲਾ ਬਹੁਤ ਤਕੜਾ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਗਰਾਊਂਡ ਦੇ ਅੰਦਰ। ਇੱਧਰ ਸਾਡੇ ਬਹੁਤ ਹੀ ਰਿਸਪੈਕਟਡ ਨੇ ਸ਼੍ਰੀ ਹੇਮੰਤ ਟੰਡਨ ਜੀ, ਬਹੁਤ ਵੱਡਾ ਨਾਮ ਹੈ। ਔਰ ਜਦੋਂ ਵੀ ਸੋਚਿਆ ਇਸ ਖੇਡ ਦੀ ਤਰੱਕੀ ਬਾਰੇ ਸੋਚਿਆ, ਜਦੋਂ ਪਹਿਲੀ ਵਾਰੀ ਬੜੇ ਪਿਆਰੇ ਬੜਾ ਸਤਿਕਾਰ ਜਿਹੜਾ ਆਪਾਂ ਨੂੰ ਦਿੱਤਾ, ਆਪਾਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।
ਅੱਜ ਵੀ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਔਰ ਦਿਲੋਂ ਧੰਨਵਾਦ ਹੈ ਅੱਜ ਦੇ ਇਸ ਵੱਡੇ ਕੰਮ ਉੱਤੇ ਉਹਨਾਂ ਦੀ ਕਹਿੰਦੇ ਬਹੁਤ ਵੱਡੀ ਦੇਣ ਹੈ ਨਾਲ ਉਹਨਾਂ ਦੇ ਸਾਥੀ ਸਾਰਿਆਂ ਦਾ ਆਪਾਂ ਦਿਲੋਂ ਧੰਨਵਾਦ ਕਰਦੇ ਹਾਂ ਇੱਧਰ ਬੜਾ ਟੌਪ ਦਾ ਮੈਚ ਪਰ ਬਾਲ ਇਹਨਾਂ ਮੇਰੇ ਮਿੱਤਰੋ ਉਹ ਗੱਲਾਂ ਕਹਿੰਦੇ ਵੱਡੀਆਂ ਨੇ ਮੈਚ ਬੜਾ ਚੁੱਟੀ ਦਾ ਜਿਹੜਾ ਖੇਡਿਆ ਜਾ ਰਿਹਾ ਵੀ ਕਈ ਵਾਰੀ ਅੱਖਾਂ ਉੱਤੇ ਬੰਨ ਪੱਟੀਆਂ ਤੇ ਧਾਗੇ ਸੂਈ ਵਾਲੇ ਨੱਕੇ ਥਾਈ ਲੰਘਾਉਣੇ ਪੈਂਦੇ ਆ ਐਵੇਂ ਲੁਕੀ ਰਹਿੰਦੇ ਚੰਗੇ ਬਹੁਤ ਦਿਨ ਉਡੀਕਦੇ ਦਿਨ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਆ ਐਵੇਂ ਲੁਕੀ ਰਹਿੰਦੇ ਚੰਗੇ ਦਿਨ ਉਡੀਕਦੇ ਤੇ ਦਿਨ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਆ ਮੈਚ ਬੜਾ ਟੌਪ ਦਾ ਅੱਪ ਹੋ ਗਿਆ ਜਿੱਤ ਗਈ ਟੀਮ ਜੈਪੁਰ ਦੀ ਭਾਈ ਸਾਹਿਬ ਔਰ ਲਓ ਜੀ ਵੀਰੇ ਕਮਲ ਜੈਪੁਰ ਦੀ ਨਹੀਂ ਤੁਰੀ ਹੈ ਜਾਂਦੇ ਮੈਚ ਜੀ ਕਮਲ ਜੈਪੁਰ ਤੇ ਜੋਗੀਆਂ ਦਾ ਮੈਚ ਦਿਖਾਵਾਂਗੇ ਜੀ ਸੈਮੀ ਮੈਚ ਕਮਲ ਜੈਪੁਰ ਤੇ ਜੋਗੀਆਂ ਦਾ ਵੀਰੇ ਕੋਈ ਗੱਲ ਨਹੀਂ ਕਮਲ ਜੈਪੁਰ ਤੇ ਜੋਗੀਆਂ ਦਾ ਜਿਹੜਾ ਸੈਮੀ ਫਾਈਨਲ ਦਿਖਾਵਾਂਗੇ ਪਹਿਲਾਂ ਜੀ ਲਾਈਵ ਆਪਾਂ ਕੱਟ ਕੇ ਚਲਾਵਾਂਗੇ ਹਜੇ ਆਪਣੇ ਕੋਲ ਟਾਈਮ ਹੈਗਾ ਇੱਕ ਤੇ ਲਾਈਵ ਉਹਨਾਂ ਟਾਈਮ ਆਪਾਂ ਘੁਮਾ ਦਿੰਦੇ ਹਾਂ ਕੈਮਰਾ ਵੈਸੇ ਉੱਧਰ ਵਾਲੀਬਾਲ ਸ਼ੂਟਿੰਗ ਪੰਜਾਬ ਲਾਈਵ ਲੱਗਿਆ ਵਾ ਮੁੰਨੇ ਵਾਲਾ ਜੀ ਉੱਧਰ ਮੈਚ ਚੱਲੀ ਜਾਂਦਾ ਜੀ ਬੜਸੀਕਰੀ ਅਤੇ ਚੰਡੀਗੜ੍ਹ ਬਾਈ 16-16 ਬਰਾਬਰ ਆ ਜੋਗੀ ਵਾਲੇ ਚ ਨਵਾਬ ਨਵਾਬ ਸੁਧੀਰ ਤੇ ਪਰਮ ਨਵਾਬ ਆ ਕੀ ਹੋ ਗਿਆ ਜੀ ਖਾਲਸੇ ਵਾਲੀ ਬੋਲੀ ਬੋਲ ਰਹੀ ਨਵਾਬ ਹਾਂਜੀ ਵੱਡਾ ਖਿਡਾਰੀ ਅੱਜ ਦਾ ਬਣ ਜੂਗਾ ਨਾ ਵੱਡਾ ਖਿਡਾਰੀ ਹੈ ਕਰ ਨਹੀਂ ਦਿੰਦਾ ਉਹ ਯਾਦ ਇਹਨਾਂ ਨੇ ਹਫਤਾ ਟੂਰਨਾਮੈਂਟ ਕਰ ਲਓ ਹਰਪ੍ਰੀਤ ਢਿੱਲੋਂ ਹੁਣੀ ਬੁਲਾ ਦਿੰਦੇ ਵੀਰੇ ਕਲਾਲ ਵਾਲੇ ਦਾ ਟੂਰਨਾਮੈਂਟ ਬੋਲ ਬਾਈ ਹਰਪ੍ਰੀਤ ਢਿੱਲੋਂ ਵਰਗੇ ਲਾਈਵ ਹੈ 22 ਅਕਤੂਬਰ 31,000 ਪਹਿਲਾਂ 22 ਅਕਤੂਬਰ ਆ ਜਿਹੜੀ ਉਹ ਕਲਾਲ ਵਾਲੇ ਦੇ ਵੱਡੇ ਖੇਡ ਮੇਲੇ ਦੀ ਆ ਬਾਈ ਹਰਪ੍ਰੀਤ ਹੁਣੀ ਜਿਹੜੇ ਅੱਜ ਦੇ ਵੱਡੇ ਖੇਡ ਮੇਲੇ ਦੇ ਨਾਲ ਲਾਈਵ ਜੁੜੇ ਹੋਏ ਨੇ ਪਹਿਲਾਂ ਪ੍ਰਾਈਜ਼ ਇੱਥੇ 31,000 ਹੋਵੇਗਾ ਔਰ ਦੋ ਪਲੇਅਰ ਜਿਹੜੇ ਬਾਹਰਲੇ ਪਿੰਡ ਦੇ ਖੇਡਣਗੇ ਕਲਾਲ ਵਾਲਾ ਪਿੰਡ 22 ਅਕਤੂਬਰ ਜਿਹੜੀ ਉਹ ਜ਼ਿਲ੍ਹੇ ਬਠਿੰਡੇ ਦਾ ਕਲਾਲ ਵਾਲੇ ਪਿੰਡ ਦੀ ਹੋਵੇਗੀ ਹਰਪ੍ਰੀਤ ਢਿੱਲੋਂ ਭਰਾ ਸਾਡਾ ਲਾਈਵ ਜੁੜਿਆ ਹੋਇਆ ਉਹ ਸਵੀਪ ਦਾ ਵੱਡਾ ਧੰਨਵਾਦ ਹੈ ਸ਼ੇਰੇ ਪੰਜਾਬ ਫੈਡਰੇਸ਼ਨ ਵਾਲੀਬਾਲ ਕੱਚੀ ਲਾਈਵ ਦੇ ਵੱਡੇ ਪੇਜ ਉੱਤੇ ਉਹ ਮੇਲਾ ਜਿਹੜਾ ਲਾਈਵ ਕੀਤਾ ਜਾਵੇਗਾ ਔਰ ਆਪਾਂ ਵੱਡਾ ਧੰਨਵਾਦ ਕਰਦੇ ਹਾਂ ਬਾਈ ਜੀ ਜੋਗੀ ਵਾਲਾ ਅਤੇ ਜੈਪੁਰ ਦੀਆਂ ਟੀਮਾਂ ਉਹ ਜਲਦੀ ਤੋਂ ਪਹਿਲਾਂ ਸੰਪਰਕ ਕਰਨਗੀਆਂ ਆਲੋ ਵਾਲੀਆ ਬੋਲਤਾ ਸੀ ਪਹਿਲਾਂ ਵੈਸੇ ਸ਼ਮਸ਼ੇਰ ਬੁਲਾ ਗਿਆ ਸੀ
ਬੋਲਦੇ ਆਲੋ ਵਾਲਾ ਮਤਲਬ 26 ਤਰੀਕ ਜਿਹੜੀ ਉਹ ਆਲੋ ਵਾਲ ਦੇ ਵੱਡੇ ਖੇਡ ਮੇਲੇ ਦੀ ਹੈ ਜਿੱਥੇ ਕਹਿੰਦੇ ਪ੍ਰਾਈਜ਼ਾਂ ਦੀ ਭਰਾਵਾਂ ਨੇ ਜਿਹੜੀ ਉਹ ਧੁੱਕੀ ਕੱਢੀ ਹੋਈ ਹੈ ਮੇਰੇ ਮਿੱਤਰੋ ਔਰ ਕਹਿੰਦੇ ਵੱਡਾ ਜਿਹੜਾ ਉਸ ਟੂਰਨਾਮੈਂਟ ਖੇਡਿਆ ਜਾਵੇਗਾ ਇੱਕ ਬਾਰੋਂ ਦਾ ਮੇਰੇ ਮਿੱਤਰੋ ਬੜਾ ਟਾਪ ਦਾ ਟੂਰਨਾਮੈਂਟ ਹੋਵੇਗਾ ਕਲਾਲ ਵਾਲੇ ਵੀ ਇੱਕ ਬਾਰੋਂ ਕਰਤਾ ਕਲਾਲ ਵੀ ਇੱਕ ਬਾਰੋਂ ਕਰਤਾ ਅੱਛਾ ਕਲਾਲ ਵਾਲੇ ਵੀ ਇੱਕ ਬਾਰੋਂ ਕਰਤਾ ਓਕੇ ਜੀ ਉਧਰ ਕਲਾਲ ਵਾਲੇ ਵੀ ਇੱਕ ਬਾਰੋਂ ਉਧਰੋਂ ਜਿੱਤ ਗਈ ਚੰਡੀਗੜ੍ਹ ਵੀਰੇ ਮੈਚ ਤੋਂ ਸਮਾਪਤਾ ਚੰਡੀਗੜ੍ਹ ਦੀ ਟੀਮ ਜਿੱਤ ਰਹੀ ਹੈ ਚੰਡੀਗੜ੍ਹ ਦੀ ਟੀਮ ਜਿੱਤ ਗਈ ਉਧਰੋਂ ਵੀਰੇ ਸੈਕਟਰ 26 ਇਹ ਦੇਸੂ ਮਾਜਰਾ ਭਾਈ ਕਿਸੇ ਵੀ ਟੀਮ ਨੂੰ ਐਕਸਟਰਾ ਟਾਈਮ ਨਹੀਂ ਦਿੱਤਾ ਜਾਣਾ ਮੇਰਾ ਵੀਰ ਉਧਰੋਂ ਚੰਡੀਗੜ੍ਹ ਜਿੱਤ ਗਈ ਵੀਰੇ ਬੜੀ ਸ਼ੀਕਰੀ ਤੋਂ ਜੀ ਮੈਂ ਦਿਖਾਵਾਂਗੇ ਕਮਲ ਜੈਪੁਰ ਤੇ ਜੋਗੀ ਵਾਲਾ ਭਾਈ ਪਹਿਲਾਂ ਸੈਮੀ ਦਿਖਾਵਾਂਗੇ ਰਜਾਕ ਚੁਗਾਨੀ ਦੁਬਈ ਜੀ ਕਮਲ ਜੈਪੁਰ ਤੇ ਜੋਗੀ ਵਾਲਾ ਵੀਰੇ ਲੈ ਵੀ ਆਓ ਮੇਰਾ ਵੀਰ ਬਣ ਕੇ ਜੋਗੀ ਵਾਲੀ ਟੀਮ ਦੇ ਖਿਡਾਰੀ ਜੀ ਜੋਗੀ ਵਾਲਾ ਭਾਈ ਜੀ ਜੋਗੀ ਵਾਲੀ ਟੀਮ ਔਰ ਕਮਲ ਜੈਪੁਰ ਦੀ ਟੀਮ ਦੇ ਖਿਡਾਰੀ ਆਓ ਮੇਰਾ ਵੀਰ ਬਣ ਕੇ ਜੀ ਸੱਤਾ ਸਵਾਜਪੁਰੀ ਲਾਈਵ ਕੋਲ ਆ ਜਾਵੇ ਚੰਡੀਗੜ੍ਹ ਦਾ ਹੋਣਾ ਜੀ ਹੇਮੰਤ ਟੰਡਨ ਜੀ ਉਹਨਾਂ ਨੂੰ ਯਾਦ ਕਰ ਰਹੇ ਜੀ ਲੈ ਬਾਈ ਯਾਰ ਇੱਕ ਨੰਬਰ ਗਰਾਊਂਡ ਦੇ ਵਿੱਚ ਆਪਾਂ ਮੈਚ ਸ਼ੁਰੂ ਕਰੀਏ ਵੀਰ ਮੰਗੇ ਜਲਦੀ ਕਰੋ ਮੇਰਾ ਬਾਈ ਬਣ ਕੇ ਯਾਰ ਲੈ ਵੀ ਆਓ ਮੇਰਾ ਵੀਰ ਬਣ ਕੇ ਬੇਨਤੀ ਆ ਉਧਰ ਸੇਮੀ ਦੀਆਂ ਟਾਈਆਂ ਕੱਢ ਕੇ ਚਲਾ ਦੇ ਮੈਚ ਕਰਨ ਵਾਲੇ ਠੀਕ ਹੈ ਸ਼ਹਿਰਾਜਪੁਰੀਆ ਸੱਤਾ ਮੈਂ ਬੇਨਤੀ ਕਰੂੰਗਾ 95,000 ਬੰਦੇ ਨੇ ਦੇਖ ਲਈ ਵੀਡੀਓ ਆਪਣੀ ਜੀ ਅੱਛਾ ਹਾਲ ਜਿਹੜੀ ਚੱਲਦੀ ਪਈ ਅੱਛਾ 95.2K ਕੱਲ੍ਹ ਤੱਕ ਇਹਨੂੰ 1.5 ਲੱਖ ਦੇ ਕਰੀਬ ਹੋ ਜਾਣਾ ਹਾਂਜੀ ਧੰਨਵਾਦ ਜੀ ਧੰਨਵਾਦ ਦਾਦੇ ਜਿਹੜਾ ਵੀ ਕੋਈ ਲੈ ਵੀਰੇ ਯਾਰ ਇੱਕ ਨੰਬਰ ਗਰਾਊਂਡ ਭਾਈ ਜ਼ਿਆਦਾ ਸਮਾਂ ਲੱਗ ਰਿਹਾ ਮੇਰਾ ਵੀਰ ਯਾਰ ਦਾ ਟੂਰਨਾਮੈਂਟ ਆਪਾਂ ਦਾ ਭਾਈ ਅੰਗਰੇਜ਼ ਮਰਦਾ ਹੈ ਕਿਰਪਾ ਕਰਕੇ ਉਹ ਵੀ ਆ ਜਾਣਗੇ ਜੀ ਸਟੇਜ ਕੋਲ ਅੰਗਰੇਜ਼ ਮਰਦਾ ਹੈ ਭਾਈ ਜੀ ਸਨਮਾਨ ਅੰਗਰੇਜ਼ ਮਰਦਾ ਹੈ ਨਾਲ ਸੱਤਾ ਸ਼ਹਿਬਾਜਪੁਰੀ ਹੈ ਬ੍ਰੈਂਡਡ ਐਂਡਾਂ ਦੇ ਨਾਲ ਜਿਹੜੇ ਸਨਮਾਨ ਕੀਤੇ ਜਾਣੇ ਆ ਆਓ ਮੇਰਾ ਵੀਰ ਨਰੋਲ ਦੇ ਵੀ ਸੈਮੀ ਆ ਵੀਰੇ ਨਰੋਲ ਦੇ ਵੀ ਸੈਮੀ ਆ ਕਿਹੜੇ ਕਿਹੜੇ ਉੱਧਰ ਦੱਸਾਂਗੇ ਜੀ ਜੈਪੁਰ ਦਾ ਸੈਮੀ ਦਿਖਾਵਾਂਗੇ ਜੋਗੀ ਵਾਲੇ ਨਾਮ ਵੀਰੇ
ਆ ਗਈ ਜੈਪੁਰ ਤਾਂ ਜੋਗੀ ਵਾਲੇ ਨੂੰ ਸੱਤ ਪਈ ਅੰਗਰੇਜ਼ ਮਰਦੇੜੀ ਦਾ ਸਨਮਾਨ ਆ ਜੀ, ਬ੍ਰਾਂਡਡ ਰੈਵਲ ਦੀ ਐਨਕਾਂ ਨਾਲ ਅੰਗਰੇਜ਼ ਮਰਦੇੜੀ। ਕਿੰਨੇ ਨੰਬਰ ਆਉਂਦੇ ਆ ਅੰਗਰੇਜ਼ ਬੂਟ? ਕਿੰਨੇ? 11 ਨੰਬਰ। ਠੀਕ ਹੈ ਜੀ, ਆਓ ਜੀ ਸੈਂਟਰ ਜਾ ਦਿਓ ਜੀ। ਅੰਗਰੇਜ਼ ਮਰਦੈੜੀ ਦਾ ਸਨਮਾਨ ਰੈਵਨ ਦੀ ਐਨਕਾਂ ਨਾਲ ਵੀਰੇ, ਅੰਗਰੇਜ਼ ਮਰਦੈੜੀ ਦਾ ਸਨਮਾਨ ਰੈਵਨ ਦੀ ਐਨਕਾਂ ਨਾਲ ਜੀ। ਬਾਈ ਸਰਪ੍ਰਸਤ ਬਾਈ ਜੀਵਨ ਸੁਧੀਰ ਜੀ, ਨਾਲ ਬਾਈ ਉਹਨਾਂ ਦੇ ਹਿੰਮਤ ਟੰਡਨ, ਨਾਲ ਬਾਈ ਕੁਲਦੀਪ ਸਿੰਘ ਜੀ, ਮਾਸਟਰ ਜਗਤਾਰ ਸਿੰਘ ਜੀ ਵੱਲੋਂ ਜਿਹੜਾ ਉਹਦਾ ਵਿਸ਼ੇਸ਼ ਤੌਰ ਤੇ ਮਾਣ ਜਿਹੜਾ ਉਹ ਰੇਬੜ ਦੀ ਐਨਕਾਂ ਦੇ ਨਾਲ ਕੀਤਾ ਜਾ ਰਿਹਾ ਹੈ। ਬਹੁਤ ਵੱਡੀ ਮੁਬਾਰਕਬਾਦ ਆ ਸਾਡੇ ਵੱਡੇ ਵੀਰ ਨੂੰ। ਖਲਵਿੰਦਰੀ ਮਹਾਰਾਜ ਜੀ ਮੈਂ ਬੇਨਤੀ ਕਰਦਾ ਬਾਈ ਸੱਤਾ ਸ਼ਹਿਬਾਜਪੁਰੀ ਆ ਸੱਤੇ ਬਾਈ, ਆਓ ਮੇਰਾ ਵੀਰ ਆਪਣਾ ਸਨਮਾਨ ਲੈ ਕੇ ਜਾਓ ਜੀ। ਸੱਤਾ ਸ਼ਹਿਬਾਜਪੁਰਾ ਦੀ ਵਾਲਾ ਤੂਫਾਨ ਖਿਡਾਰੀ, ਮੈਂ ਬੇਨਤੀ ਕਰਦਾ ਜਲਦੀ ਦਿੱਲੀ ਉਹ ਯਾਰ ਪੱਖੇ ਨਾਲ ਸਾਰੀ ਅੱਖਾਂ 'ਚ